ਪਹਿਲਾਂ ਜਦੋਂ ਸੈਕਿੰਡ ਵਰਲਡ ਵਾਰ ਤੋਂ ਬਾਅਦ ਚ ਮੈਂ 68 ਚ ਆਇਆ, ਜਿਹੜੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਦੇ ਵਿੱਚ 50ਵਿਆਂ ਤੋਂ ਬਾਅਦ ਚ ਆਉਣ ਲੱਗੇ ਲੋਕ ਨਾ, ਉਦੋਂ ਬੋਚਰਾਂ ਤੇ ਆਉਂਦੇ ਸੀ ਫੈਕਟਰੀਆਂ ਫਾਊਂਡਰੀਆਂ ਵਾਲੇ, ਉਹ ਬੋਚਰ ਦਿੰਦੇ ਹੁੰਦੇ ਸੀ, ਜਿਹੜਾ ਆਪਣਾ ਬੰਦਾ ਹੋਣਾ ਕਹਿਣਾ ਕੋਈ ਬੰਦਾ ਮੰਗਾ ਲਓ ਤੇ ਉਹ ਬੰਦਾ ਆ ਜਾਂਦਾ ਸੀਗਾ। ਬਸਰੇ ਲੋਕਾਂ ਨੇ ਮੰਗਾਏ ਆ ਬਿਲਕੁਲ। ਸੈਕਿੰਡ ਵਰਲਡ ਵਾਰ ਦੇ ਵਿੱਚ ਇੱਥੇ ਦੇ ਰਿਡਿਊਸਡ ਫੌਜੀ ਜਿਹੜੇ ਸੀ, ਆਮ ਬੰਬਾਂ ਨਾਲ ਹੋਰ ਬੰਦੇ ਵੀ ਬਹੁਤ ਮਰ ਗਏ ਤੇ ਬੀਬੀਆਂ ਰਹਿ ਗਈਆਂ। ਜਿਹੜੀ ਇੰਡਸਟਰੀ ਸੀ ਖਾਸ ਕਰਕੇ ਫਾਊਂਡਰੀਆਂ ਫੈਕਟਰੀਆਂ ਨਾ, ਔਰ ਉਹ ਉਹਨਾਂ ਲਈ ਕੰਮ ਕਰਨਾ ਔਖਾ ਹੁੰਦਾ ਸੀ ਤਾਂ ਬੰਦਿਆਂ ਦੀ ਜ਼ਰੂਰਤ ਸੀ ਅਤੇ ਇਹਨਾਂ ਨੇ ਬੰਦੇ ਜਿੱਥੇ ਜਿੱਥੇ ਵੀ ਇਹਨਾਂ ਰਾਜ ਕੀਤਾ ਸੀ ਅੰਗਰੇਜ਼ਾਂ ਨੇ, ਔਰ ਉੱਥੋਂ ਇਹਨਾਂ ਨੇ ਮੰਗਾਏ। ਮੈਂ 1968 ਚ ਆਇਆ, ਪਰ ਮੇਰਾ ਜਵਾਬ ਸੀ ਵੀ ਉਦੋਂ ਅਸੀਂ ਰੋਜ਼ੀ ਰੋਟੀ ਦੀ ਭਾਲ 'ਚ ਆਏ ਸੀਗੇ, ਕਿਉਂਕਿ ਉੱਥੇ ਵੀ ਆਮ ਜਿੱਦਾਂ ਹੁਣ ਖੇਤੀ ਦਾ ਇਹ ਨਹੀਂ ਸੀ, ਬਲਦਾਂ ਵਾਲੇ ਹਲ ਸੀ, ਫੁੱਲ ਸੀ, ਜਿੱਦਾਂ ਨੌਕਰੀਆਂ ਨੌਕਰੀਆਂ। ਪਰ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਜਿਹੜੀ ਚੀਜ਼ ਦੇ ਵਿੱਚ ਇਹ ਕਹਿੰਦੇ ਆ ਉਹਨਾਂ ਸਹੀ ਤਰੀਕੇ ਨਾਲ, ਉਹ ਕੋਈ ਇਤਰਾਜ਼ ਨਹੀਂ ਕਿਸੇ ਮੇਨ ਕੰਸਰਨ, ਸਾਨੂੰ ਇਤਰਾਜ਼ ਮੈਨੂੰ ਹੁਣ ਵੀ ਨਹੀਂ ਬਿਲਕੁਲ, ਪਰ ਉੱਥੇ ਹੁੰਦਾ ਆ ਮਾੜਾ ਲੱਗਦਾ ਜਿੱਥੇ ਸਾਡੇ ਬੱਚੇ ਰੁਲਦੇ ਆ, ਖਾਸ ਕਰਕੇ ਬੱਚੀਆਂ ਰੁਲਦੀਆਂ। ਸਮਿਥ ਗੁਰਦੁਆਰੇ ਦੇ ਲਾਗੇ ਇੱਕ ਬੱਚੀ ਸੀ ਪ੍ਰੈਗਨੈਂਟ, ਔਰ ਉਹ ਬੱਚੀ ਨੇ ਖੁਦਕੁਸ਼ੀ ਕਰ ਲਈ। ਹੁਣ ਕਿਉਂ ਖੁਦਕੁਸ਼ੀ ਕੀਤੀ, ਕਿੰਨੇ ਸੋਹਣੇ ਸੁਪਨੇ ਲੈ ਕੇ ਆਈ ਸੀ, ਔਰ ਇੱਥੋਂ ਕੋਈ ਲੜਕਾ ਮਿਲਿਆ, ਆਪਾਂ ਡੀਪਲੀ ਨਾ ਜਾਈਏ, ਉਹਨਾਂ ਗੱਲਬਾਤ ਹੋਈ, ਉਹ ਬੱਚੀ ਪ੍ਰੈਗਨੈਂਟ ਹੋ ਗਈ। ਉੱਥੇ ਇਹ ਚੀਜ਼ ਸੀਗੀ ਕਿ ਵੀ ਮੈਂ ਪੱਕੀ ਕਿੱਦਾਂ ਹੋਈ, ਹੁਣ ਇੱਥੇ ਬੱਚਿਆਂ ਦਾ ਸਾਰਿਆਂ ਨੂੰ ਵੱਡੀ ਚੀਜ਼ ਹੈ ਨਾ, ਪੱਕੇ ਕਿੱਦਾਂ ਹੋਈ, ਪੱਕੇ ਕਿੱਦਾਂ ਹੋਈ, ਜਿਹੜੇ ਬੱਚੇ ਬੱਚੀਆਂ ਜਦੋਂ ਇੱਥੇ ਆਉਂਦੇ ਆ, ਇੱਕ ਉਹ ਬੱਚੇ ਬੱਚੀਆਂ ਦੀ ਵੀ ਗੱਲ ਕਿ ਉਹਨਾਂ ਨੂੰ ਇੱਕ ਸਖਾਲਤ ਵੀ ਇਹ ਆ ਜਾਂ ਉੱਥੇ ਦੀ ਤੌਰ ਤਰੀਕਾ ਕਹਿ ਲਓ, ਜਦੋਂ ਬੱਚਿਆਂ ਨੂੰ ਪੁੱਛਦੇ ਵੀ ਤੁਸੀਂ ਇੱਥੇ ਆਏ, ਹੁਣ ਕਹਿੰਦੇ ਸਾਨੂੰ ਤਕਲੀਫ ਬਹੁਤ ਆ, ਤੁਹਾਨੂੰ ਪਤਾ ਨਹੀਂ ਸੀ, ਸਾਨੂੰ ਸਾਰ ਜਿਹੜੇ ਨਵੇਂ ਨਵੇਂ ਆਉਂਦੇ ਆ, ਨਵੇਂ ਨਵੇਂ ਜਦੋਂ ਆਉਂਦੇ ਆ ਨਾ, ਹਜੇ ਹਫ਼ਤਾ ਦੋ ਹਫ਼ਤੇ ਚਾਹ ਹੁੰਦਾ, ਉਦੋਂ ਉਹਨਾਂ 'ਚ ਹੁੰਦਾ ਜੀ ਸਾਨੂੰ ਸਾਰਾ ਹੀ ਪਤਾ, ਅਸੀਂ ਸਾਰਾ ਹੀ ਪਤਾ ਕੀਤਾ ਕਰਦੇ ਹਾਂ, ਅਤੇ ਜਦੋਂ ਥੋੜ੍ਹੇ ਕੁ ਪੁਰਾਣੇ ਹੋ ਜਾਂਦੇ ਆ, ਤੰਗ ਹੁੰਦੇ ਆ, ਫਿਰ ਦੱਸ ਰਹੇ ਜੀ ਅਸੀਂ ਤਾਂ ਭੰਬਲ ਪੂਸੇ 'ਚ ਰਹਿ ਗਏ। ਜਦੋਂ ਬਾਹਰ ਆਉਂਦੇ ਆ ਤੇ ਮਜੋਰਿਟੀ ਕੁੜੀਆਂ ਸੱਚ ਜਾਣਿਓ, ਮੇਰੇ ਕੋਈ ਬੱਚੀਆਂ ਧੀਆਂ, ਕੋਈ ਮੇਰੀਆਂ ਪੋਤੀਆਂ ਨਹੀਂ ਹਨ ਨਾ ਕੋਤੀਆਂ, ਕੱਲ ਵੀ 20-22 ਸਾਲ ਦੀਆਂ ਕੁੜੀਆਂ ਬੱਚੀਆਂ, ਬਿਲਕੁਲ ਬਿਲਕੁਲ, ਇੰਨੀਆਂ ਬੱਚੀਆਂ ਉਹ ਤੰਗ ਆ, ਰੋਣ ਆਉਂਦਾ ਦੇਖ ਕੇ ਬੱਚੀਆਂ ਨੂੰ, ਕਿ ਉਹ ਦੇਖ ਕੇ ਕਰਦੀਆਂ ਆ ਕਿ ਵੀ ਆਹ ਉਮਰ ਆ ਦਬਾ ਦਬ। ਇਹ ਵੀ ਸੱਚ ਆ, 99% ਆਈਲੈਟ ਕੁੜੀਆਂ ਨੇ ਕੀਤੀ ਹੋਈ ਆ ਤੇ ਫਾਈਨੈਂਸ ਮੁੰਡੇ ਵਾਲੇ ਕਰਦੇ ਆ, ਬਸ ਜਦੋਂ ਉਹਨਾਂ ਦਾ ਰਲ ਕੇ ਆ ਜਾਂਦਾ, ਚਲੋ ਜੀ ਬਾਹਰ ਚੱਲੀਏ, ਤੇਰੇ ਕੋਲ ਐਜੂਕੇਸ਼ਨ ਸਰਟੀਫਿਕੇਟ ਹੈਗਾ, ਮੇਰੇ ਬਾਪੂ ਨੇ ਲਾ ਦੇਣੇ ਪੈਸੇ, ਆਪਾਂ ਬਾਹਰ ਚੱਲੀਏ, ਵਿਆਹ ਕਰ ਦਿੰਦੇ ਵਾਜੇ ਟਾਈਮ ਨੇ ਨਾ, ਆ ਜਾਂਦੇ ਆ ਇੱਥੇ ਆ ਕੇ, ਫਿਰ ਬਾਅਦ ਵਿੱਚ ਦੇਖਦੇ ਆ, ਹਜੇ ਬਹੁਤ ਕੁੜੀਆਂ ਵਿਚਾਰੀਆਂ ਹਜੇ ਉਤਰਦੀਆਂ, ਹਜੇ ਚੂੜੇ ਓਦਾਂ ਹੀ ਪਾਏ ਹੁੰਦੇ, ਬੜੇ ਚਾਹ ਨਾ ਆਉਂਦੇ ਆ, ਬਿਲਕੁਲ ਇੱਥੇ ਆ ਕੇ ਚਾਹ ਟੁੱਟ ਜਾਂਦਾ। ਜਿਹੜੇ ਪੰਜਾਬ ਤੋਂ ਸਟੂਡੈਂਟਸ ਆਉਂਦੇ ਇੰਡੀਆ ਤੋਂ ਚਾਹੇ ਪਾਕਿਸਤਾਨ ਤੋਂ, ਉਹਨਾਂ ਦੇ ਕੋਲ ਹੱਕ ਹੁੰਦਾ ਜਿਹੜਾ ਪੜ੍ਹਨ ਲਈ ਆਇਆ, ਖਾਸ ਕਰਕੇ ਕੁੜੀਆਂ, ਉਹਨਾਂ ਕੋਲ ਕੁਛ ਘੰਟੇ ਦਾ ਹੁੰਦਾ, ਕੁਛ ਉਹਨਾਂ ਪੜ੍ਹਨਾ, ਉਹਦੇ ਨਾਲ ਦਾ ਜਿਹੜਾ ਹੁੰਦਾ ਉਹਦਾ ਹਸਬੈਂਡ ਜਿਹੜਾ ਉਹਨੂੰ ਫੁੱਲ ਟਾਈਮ ਹੈ ਜਿੰਨਾ ਮਰਜ਼ੀ ਕਰ ਲੈ, ਪਰ ਚੀਜ਼ ਇਹ ਆ ਕਿ ਵੀ ਉਹਨਾਂ ਨੂੰ ਉਹ ਪੂਰੀ ਤਨਖਾਹ ਦੇ ਹੱਕਦਾਰ ਆ, ਪਰ ਮਿਲਦੇ ਨਹੀਂ, 50% 4 ਪਾਉਂਡ 5 ਪਾਉਂਡ ਉਹ ਮਿਲਦੇ, ਔਰ 5 ਪਾਉਂਡ ਨਾ ਕਰਨ ਕੀ। ਔਰ ਸੱਚ ਇਹ ਆ, ਕੁਛ ਕੁੜੀਆਂ ਨੇ ਦੱਸਿਆ ਅੰਕਲ ਕੀ ਦੱਸੀਏ, ਹਜੇ ਜਹਾਜ਼ੋਂ ਉਤਰੇ ਸੀ ਤਾਂ ਮਗਰੋਂ ਵਧਾਈਆਂ ਦੇ ਕੇ ਉਤਰਿਆਂ ਦੀਆਂ ਕਰਕੇ ਫੋਨ ਆ ਜਾਂਦਾ, ਓਏ ਪੁੱਤਰਾ ਫਲਾਨੇ ਦੇ ਪੈਸੇ ਦੇਣੇ, ਫਲਾਨੇ ਦੇ ਦੇਣੇ, ਦਵਾ ਦਾ ਪੈਸੇ ਘੱਲ ਦੇ, ਵੀ ਉਹ ਕੁੜੀਆਂ ਕਿੱਥੋਂ। ਮੁੰਡੇ ਤਾਂ ਹਜੇ ਔਖੇ ਸੋਖੇ ਕਿਤੇ ਰਾਤ ਕੱਟ ਲੈਣਗੇ, ਮੰਨ ਲਓ ਕਿਤੇ ਬਿਲਡਿੰਗ ਸਾਈਟਾਂ ਤੇ ਕੰਮ ਕਰ ਰਹੇ, ਮੈਜੋਰਿਟੀ ਬਿਲਡਿੰਗ ਸਾਈਟਾਂ ਤੇ ਕੰਮ ਕਰਦੇ, ਕੁੜੀਆਂ ਬਿਲਡਿੰਗ ਸਾਈਟਾਂ ਤੇ ਕਿੱਦਾਂ ਕੰਮ ਕਰਨਗੀਆਂ, ਉਹ ਵਿਚਾਰੀਆਂ ਧੀਆਂ ਸਾਡੀਆਂ ਬੱਚੀਆਂ, ਉਹ ਆਪਣੇ ਕਹਿ ਲਓ ਕਿ ਵੀ ਬਾਹਰ ਕਿੱਦਾਂ ਸੌਂ ਜਾਣਗੀਆਂ। ਸੋਹੋ ਰੋਡ ਤੇ ਟ੍ਰੇਡਰ ਐਸੋਸੀਏਸ਼ਨ ਬਣਾਈ, ਸਟੂਡੈਂਟਸ ਆ, ਉਹਨਾਂ ਨੂੰ ਬੇਨਤੀ ਆ ਬਈ ਤੁਸੀਂ, ਬਹੁਤ ਸਾਰੇ ਸਟੂਡੈਂਟ ਤੋਂ ਸੁਣਿਆ ਕਿ ਵੀ ਜਿਹੜੇ ਇੱਥੇ ਵਾਲੇ ਪਹਿਲੇ ਸਾਡੀ ਮਦਦ ਨਹੀਂ ਕਰਨ, ਵੀ ਕੀ ਮਦਦ ਕਰਨ, ਗੁਰੂ ਘਰਾਂ ਤੋਂ ਪ੍ਰਸ਼ਾਦਾ ਛੱਡ ਸਕਦੇ, ਵੇਲੇ ਕਵੇਲੇ ਰਾਤ ਕਟਾ ਸਕਦੇ, ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਕੋਈ ਸੀਵੀਆਂ ਬਣਾਉਣ 'ਚ ਦਿੱਕਤ ਆ, ਉਹ ਗੁਰੂ ਘਰਾਂ ਦੇ ਪ੍ਰਬੰਧ ਕਰਾ ਸਕਦੇ,
ਗੁਰੂ ਘਰਾਂ 'ਚ ਇੱਥੇ ਦੇ ਜੰਮੇ ਪਲੇ ਬੱਚੇ ਉਹ ਐਕਸਪਰਟ ਹੈਗੇ ਆ, ਉਹ ਸੀਵੀਆਂ ਬਣਾ ਦੇਣਗੇ ਤੁਹਾਡੀਆਂ। ਪਰ ਜੇ ਤੁਸੀਂ ਸੋਚੋ ਕਿ ਤੁਹਾਡੇ ਚੱਕੇ ਕਰਜ਼ੇ ਕੋਈ ਲਾਦਾ, ਤੁਹਾਨੂੰ ਘਰਾਂ ਦੇ ਵਿੱਚ ਰੱਖ ਲੈ ਤੇ ਉਹ ਕੰਮ ਨਹੀਂ ਹੋਣਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਤੇ ਇੱਕ ਵਾਰ ਫਿਰ ਜੁੜ ਚੁੱਕੇ ਹਾਂ ਇੰਗਲੈਂਡ ਬਰਮਿੰਗਮ ਦੀ ਧਰਤੀ ਤੋਂ। ਬਰਮਿੰਗਮ ਸ਼ਹਿਰ ਉਹ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰਾ, ਪੰਜਾਬੀ ਭਾਈਚਾਰਾ ਵੱਸਦਾ ਹੈ। ਇੱਥੇ ਹਰ ਖੇਤਰ ਦੇ ਵਿੱਚ ਸਾਡੇ ਪੰਜਾਬੀਆਂ ਨੇ, ਸਿੱਖਾਂ ਨੇ ਬਹੁਤ ਮੱਲਾਂ ਮਾਰੀਆਂ ਨੇ, ਉੱਥੇ ਰਾਜਨੀਤੀ ਦੇ ਵਿੱਚ ਵੀ ਪਿੱਛੇ ਨਹੀਂ। ਅੱਜ ਜੋ ਸ਼ਖਸੀਅਤ ਸਾਡੇ ਨਾਲ ਜੁੜੇ ਹੋਏ ਨੇ, ਅਕਸਰ ਤੁਸੀਂ ਉਹਨਾਂ ਨੂੰ ਦੇਖਦੇ ਰਹਿੰਦੇ ਹੋ, ਪਰ ਮੈਂ ਦੁਬਾਰਾ ਇੰਟਰੋ ਉਹਨਾਂ ਦੀ ਦੇ ਦਿੰਦਾ। ਕੌਂਸਲਰ ਨੇ ਸਰਦਾਰ ਗੁਰਦਿਆਲ ਸਿੰਘ ਅਟਵਾਲ, ਜੋ ਰਾਜਨੀਤੀ ਦੇ ਵਿੱਚ ਨੇ, ਬਹੁਤ ਵੱਡੇ ਵੱਡੀਆਂ ਮੱਲਾਂ ਮਾਰੀਆਂ ਨੇ। ਜਿੱਥੇ ਆਪਾਂ ਗੱਲ ਸਿੱਖ ਸਫਾ ਦੀ ਕਰਦੇ ਹਾਂ, ਸਿੱਖ ਪੰਥ ਦੀ ਇੰਗਲੈਂਡ ਦੇ ਵਿੱਚ, ਤਾਂ ਉਹਦੇ ਵਿੱਚ ਵੀ ਇੱਕ ਵੱਡਾ ਨਾਮ ਹੈ ਸਰਦਾਰ ਗੁਰਦਿਆਲ ਸਿੰਘ ਅਟਵਾਲ ਹੋਰਾਂ ਦਾ। ਤੇ ਉਹਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ, ਜੋ ਦੁਨੀਆ ਭਰ ਦੇ ਵਿੱਚ ਵੱਖ ਵੱਖ ਦੇਸ਼ਾਂ ਦੇ ਵਿੱਚ ਅੱਜ ਅਸਟੈਬਲਿਸ਼ ਹੈ, UK ਚੇਅਰਮੈਨ ਨੇ। ਸੋ ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਵੈਲਕਮ ਕਰਦੇ ਹਾਂ ਅੱਜ ਪ੍ਰਾਈਡ ਪੰਜਾਬ ਟੀਵੀ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ, ਤੇ ਫਿਰ ਉਹਨਾਂ ਕੋਲੋਂ ਜਾਣਾਂਗੇ ਇੰਗਲੈਂਡ ਦੀ ਅੱਜ ਦੀ ਸਿਚੁਏਸ਼ਨ, ਖਾਸ ਤੌਰ ਦੇ ਉੱਤੇ ਵਿਦਿਆਰਥੀਆਂ ਨੂੰ ਲੈ ਕੇ। ਪਹਿਲਾਂ ਵੈਲਕਮ ਕਰਦੇ ਹਾਂ ਅਟਵਾਲ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਮਿਹਰਬਾਨੀ ਯਾਦ ਕਰਨ ਦੇ ਜੀ, ਬਹੁਤ ਧੰਨਵਾਦ ਜੀ, ਤੁਸੀਂ ਸਮਾਂ ਦਿੱਤਾ ਬਹੁਤ ਲੰਬੇ ਸਮੇਂ ਬਾਅਦ। ਬਹੁਤ ਜਿਵੇਂ ਕਾਫੀ ਹੈ, ਵੈਦਰ ਬਹੁਤ ਵਧੀਆ ਜੀ, 26 ਡਿਗਰੀ ਆ। ਬਿਲਕੁਲ ਬਿਲਕੁਲ ਬਿਲਕੁਲ, ਅੱਜ ਪੰਜਾਬ ਵਾਲਾ ਵੈਦਰ ਇੱਥੇ ਬਣਿਆ ਹੋਇਆ ਹੈ ਨਾ। ਬਿਲਕੁਲ ਬਣਿਆ ਜੀ, ਬਿਲਕੁਲ ਬਣਿਆ, ਖਾਸ ਕਰਕੇ ਬੁੜਿਆਂ ਲਈ। ਹਾਂ ਬਿਲਕੁਲ, ਔਰ ਹੱਡ ਹੁੱਡੀ ਜਿਹੜਾ ਦੁਖਣੋਂ ਹਟ ਜਾਂਦੇ, ਘੱਟ ਹੋ ਜਾਂਦੇ। ਬਿਲਕੁਲ ਬਿਲਕੁਲ, ਅਸੀਂ ਕਈ ਵਾਰੀ ਕਹੀਦਾ ਨਾ, ਜਦੋਂ ਪੰਜਾਬ ਚ ਗੱਲ ਕਰੀਦੇ, ਅੱਜ ਸੋਹਣਾ ਮੌਸਮ ਹੈ, ਉਹਨਾਂ ਦਾ ਭਾਵ ਇਹ ਹੁੰਦਾ ਵੀ ਸ਼ਾਇਦ ਬੱਦਲ ਬੁੱਦਲ ਹੋਇਆ ਤੇ ਮੀਂਹ ਮੂੰਹ ਪੈ ਰਿਹਾ, ਉਹਨੂੰ ਸੋਹਣਾ ਮੌਸਮ ਕਹਿ ਰਹੇ ਆ, ਪਰ ਸਾਡੇ ਬਿਲਕੁਲ ਉਲਟ ਹੁੰਦਾ, ਇੱਥੇ ਧੁੱਪ ਚੜੀ ਨੂੰ ਅਸੀਂ ਸੋਹਣਾ ਮੌਸਮ। ਡਿਫਰੈਂਟ ਨੀਡ ਹੈ ਨਾ। ਹਾਂ ਬਿਲਕੁਲ ਬਿਲਕੁਲ, ਜਿਹੜੀ ਚੀਜ਼ ਦੀ ਕਹਿੰਦੇ ਘਾਟ ਹੋਵੇ ਫਿਰ ਉਹ ਚੰਗੀ ਲੱਗਦੀ ਆ। ਸੋ ਇਹ ਇਹਨਾਂ ਮੁਲਕਾਂ ਦੇ ਵਿੱਚ ਧੁੱਪ ਦੀ ਘਾਟ ਹੈ, ਸੋ ਵਧੀਆ ਲੱਗਦੀ ਸਾਰੇ। ਪਰ ਦਲਜੀਤ ਸਿੰਘ ਜੀ, ਮੜੇ ਜੀ, ਜਿਹੜਾ ਜਦੋਂ ਮੈਂ ਆਇਆ ਸੀ ਅੱਜ ਤੋਂ 55 ਸਾਲ ਪਹਿਲਾਂ। ਅੱਛਾ ਜੀ। ਜਦੋਂ ਉੱਥੇ ਦਾ ਮੌਸਮ ਦਾ ਹੁੰਦਾ ਸੀ ਜਿਹੜਾ ਦਸੰਬਰ ਨੂੰ ਵੀ ਨਾ, ਜਨਵਰੀ ਚ ਜਦੋਂ ਕਿਤੇ ਧੁੱਪ ਨਿਕਲ ਲਈ ਨਾ, ਧੁੰਦ ਤੋਂ ਬਹੁਤ ਘੱਟ ਹੁੰਦੀ, ਕਿਤੇ ਪਾਣੀ ਵਗਣਾ, ਖੂਹ ਵਗਣੇ, ਆੜ ਤੇ ਦੀਦੀ ਹੁੰਦੀ ਸੀ ਥੋੜੀ ਜਿਹੀ, ਧੁੰਦ ਨਹੀਂ ਸੀ ਹੁੰਦੀ। ਪਰ ਜਦੋਂ ਕਿਤੇ ਆਪਾਂ ਉਹ ਕਹਿੰਦਾ ਕਿਸੇ ਆਸਰੇ ਚ ਕੰਧ ਦੇ ਨਾ ਵਹਿਦਣਾ, ਬਹੁਤ ਸੋਹਣਾ ਸੀਆ ਲੱਗਦਾ ਸੀ। ਤੇ ਹੁਣ ਤਾਂ ਉੱਥੇ ਇਹ ਹੈਗਾ ਕਿ ਵੀ ਧੁੰਦੀ ਹੁੰਦੀ, ਕਈ ਦਫ਼ਾ ਗੱਡੀ ਦਾ ਬੋਨਟ ਨਹੀਂ ਦੀਦਾ ਦਸੰਬਰ ਜਨਵਰੀ ਚ। ਬਿਲਕੁਲ ਬਿਲਕੁਲ, ਤੇ ਇੱਥੇ ਸਨੋਅ ਬੜੀ ਪੈਂਦੀ ਹੁੰਦੀ ਸੀ ਕਦੇ ਕਦੇ, ਕਦੇ 17-18 ਡਿਗਰੀ ਹੋਣਾ, ਕਹਿਣਾ ਵੀ ਬਹੁਤ ਹੋ ਗਿਆ। ਤੇ ਹੁਣ ਤਾਂ 30-32 ਤੇ ਪੈਂਦਾ। ਜਿਹਦਾ ਗਲੋਬਲ ਦੇ ਵਿੱਚ ਆ ਨਾ ਇਹ ਜਿਹੜਾ ਵੈਦਰ ਆ, ਇਹ ਚੇਂਜਸ ਹੋ ਰਹੀ ਆ, ਜਿਹੜਾ ਵੈਦਰ ਆ ਸਾਰਾ ਇਨਵਾਇਰਮੈਂਟ ਇਹ ਚੇਂਜਸ ਹੋ ਰਿਹਾ। ਅੱਛਾ, ਸਨੋਅ ਦੀ ਗੱਲ ਆਪਾਂ ਕਰਦੇ ਹਾਂ, ਸ਼ੁਰੂਆਤ ਫਿਰ ਚੱਲਦੇ ਹਾਂ ਪਰ ਰਾਜਨੀਤੀ ਵਾਲੇ ਪਾਸੇ। ਮਤਲਬ ਮੈਂ ਸੁਣਿਆ ਪਿਛਲੇ ਸਾਲਾਂ ਦੇ ਵਿੱਚ ਬਹੁਤ ਸਨੋਅ ਪੈਂਦੀ ਹੁੰਦੀ ਸੀ ਇੰਗਲੈਂਡ ਦੇ ਵਿੱਚ, ਇਹ ਗੱਲਾਂ ਸੱਚ ਨੇ? ਬਿਲਕੁਲ ਸੱਚ ਆ ਜੀ, 2-2 ਫੁੱਟ ਪੈ ਜਾਂਦੀ ਸੀ। ਅੱਛਾ, ਇੱਕ ਵਾਰੀ 1976 ਦੀ ਮੇਰਾ ਖਿਆਲ ਗੱਲ ਆ, ਅਸੀਂ ਕੋਈ ਰਿਸ਼ਤੇਦਾਰ ਸੀ ਇੱਥੇ ਇਕੱਠੇ ਹੋਏ ਸਾਰੇ, ਹੋਰ ਚਲੋ ਜੀ ਗੱਲ ਬਣ ਗਈ, ਜਰਮਨ ਚੱਲ ਚੱਲੀ ਗੱਡੀ 'ਚ ਚਲੇ ਗਏ। ਅੱਛਾ, ਜਦੋਂ ਗਏ ਜਾਂਦੇ ਤਾਂ ਲੰਘ ਗਏ ਫਿਰ ਹੀ ਇੱਥੋਂ ਡੋਵਰ ਤੋਂ, ਮਟਜਿੰਜਨ ਪਿੰਡ ਆ ਉੱਥੇ ਗਏ ਸੀਗੇ ਲਾਗੇ। ਅੱਛਾ, ਜਰਮਨ ਦੇ ਵਿੱਚ ਕੋਈ ਨਵੇਂ ਬੰਦੇ ਆਪਣੇ ਆਏ ਸੀ, ਉਹਨਾਂ ਨੂੰ ਮਿਲਣ ਚਲੇ ਗਏ, ਮੁੜ ਕੇ ਆਉਂਦਿਆਂ ਦੇ ਫੇਰੀਆਂ ਬੰਦ, ਸਭ ਬਹੁਤ ਤੰਗ। ਚਲੋ ਸਾਨੂੰ ਮਿਲ ਗਿਆ ਮੌਕਾ। ਜਦੋਂ ਅਸੀਂ ਡੋਵਰ ਤੋਂ ਮੋਟਰਵੇ ਤੇ ਨਾ ਰਜਿਸਟਰ ਥਾਣੀ ਲੰਡਨ ਵੱਲ ਨੂੰ ਆਏ, ਇੰਨੀ ਸਨੋਹ ਸੀ ਤਾਂ ਗੱਡੀਆਂ ਬੰਦ ਸੀ। ਇੱਕ ਰਸਤੇ ਦੇ ਵਿੱਚ ਗੱਡੀ ਮਿਲ ਗਈ ਸਾਨੂੰ, ਜਿਹੜੀ ਨਿੱਕੇ ਤਰ੍ਹਾਂ ਹੋ ਕੇ ਨਾ ਗੱਡੀ ਦੇ ਦੋ ਪਾਸੇ ਵਿਚਾਲੇ ਥਾਂ ਹੁੰਦਾ, ਉਹ ਉੱਥੇ ਸਲਿੱਪ ਕਰਕੇ ਅੜਵੀ, ਅੰਗਰੇਜ਼ ਸੀ। ਔਰ ਅਸੀਂ ਇਹ ਸੋਚਿਆ, ਇਹ ਤਾਂ ਹੈਗਾ ਕਿ ਵੀ ਜਿੱਥੇ ਪੰਜਾਬੀ ਖੜ ਕੇ ਸਿੱਖ ਹੋਣ, ਕੋਈ ਮੁਸੀਬਤ ਚ ਫਸੇ ਤੋ ਕਹਿੰਦੇ ਅਸੀਂ ਜੋ ਮਰਜ਼ੀ ਹੋ ਜੇ ਇਹਨੂੰ ਕੱਢਣਾ, ਇਹਨੂੰ ਕੱਢਣਾ। ਬਿਲਕੁਲ, ਅਸੀਂ ਉਤਰ ਗਏ, 5 ਜਣੇ ਸੀਗੇ। ਅੱਛਾ, ਮੈਂ ਦੇਖਿਆ ਉਹਨੂੰ ਕਰਕੇ ਤੋ ਵਿਚਾਰਾ ਰੋ ਪਿਆ। ਓਕੇ, ਉਹ ਕਹਿੰਦਾ ਮੇਰੀ ਕਿਸਮਤ ਚੰਗੀ ਆ, ਕਹਿੰਦਾ ਹੈ ਉਹਦੀ ਗੱਡੀ ਖਿੱਚੀ ਖੁੱਚੀ ਕੱਢੀ ਕਿਸੇ ਨਾ ਕਿਸੇ ਤਰ੍ਹਾਂ, ਤੇ ਉਹਨੂੰ ਤੋੜਤਾ ਉਹਦੇ ਮਗਰ ਅਸੀਂ ਆਪਣੀ ਗੱਡੀ ਲਾਈ। ਉਹ ਵਿਚਾਰਾ ਬਹੁਤ ਕਰੇ, ਕਹਿੰਦਾ ਮੈਂ ਕਹਿੰਦਾ ਦੇਖਿਆ ਸੀ ਕਦੇ ਪੜ੍ਹਿਆ ਸੀ ਪੁਰਾਣਾ, ਉਹ ਕਹਿੰਦਾ ਵੀ ਮੈਂ ਟੀਚਰ ਰਿਹਾ ਸੀਗਾ, ਟੀਚਰ ਹੈ, ਕਹਿੰਦਾ ਸਿੱਖਾਂ ਬਾਰੇ ਸੁਣਿਆ ਸੀ, ਅੱਜ ਕਹਿੰਦਾ ਰੱਬ ਬਣ ਕੇ ਆਇਆ। ਮੈਂ ਕਹੋ ਨਹੀਂ ਭਾਈ, ਅਸੀਂ ਇਨਸਾਨ ਆ। ਉਹ ਕਹਿੰਦਾ ਮੇਰੇ ਲਈ ਇਹ ਹੀ ਆ। ਸਨੋਹਾਂ ਦਾ ਇੱਥੇ ਬਥੇਰਾ ਰਿਹਾ, ਸੜਕਾਂ ਬੰਦ ਹੋ ਜਾਂਦੀਆਂ ਸੀ, ਕੰਮ ਵੀ ਬੰਦ ਹੋ ਜਾਂਦੇ ਸੀ, ਹੁਣ ਸਨੋਹ ਕਰਕੇ ਤਾਂ ਨਹੀਂ ਬੰਦ ਹੁੰਦੇ, ਕਾਫੀ ਸੀ, ਹੁਣ ਕਾਫੀ ਚੇਂਜਸ ਹੋ ਗਿਆ। ਪਰ ਅੰਗਰੇਜ਼ਾਂ ਦੇ ਵਿੱਚ ਇਹ ਗੱਲ ਹੁੰਦੀ ਸੀ, ਆਮ ਇਹ ਸੋਚਦੇ ਹੁੰਦੇ ਵੀ ਕ੍ਰਿਸਮਸ ਵਾਲੇ ਦਿਨ ਨਾ ਸਨੋ ਜ਼ਰੂਰ ਪੈਣੀ ਚਾਹੀਦੀ, ਉਹ ਤਕਰੀਬਨ ਪੈਂਦੀ ਹੁੰਦੀ ਸੀ, ਤੇ ਜਦੋਂ ਜਦੋਂ ਨਹੀਂ ਪੈਣੀ ਤਾਂ ਅਫਸੋਸੇ ਹੋਣਾ, ਕਹਿਣਾ ਵੀ ਅੱਜ ਖੁਸ਼ੀ ਨੇ ਸਨੋ ਨਹੀਂ ਪਈ। ਬਿਲਕੁਲ ਬਿਲਕੁਲ, ਇਹ ਮੰਨਿਆ ਜਾਂਦਾ ਸੀਗਾ।
वाकई जी पूरी दुनिया के मौसम की तब्दीली जी है वो हो रही है, पंजाब भी इन्नी गर्मी नहीं पैंती होंगी जिनी अच्छ पै रही है। अच्छा अडवाल साहब आप आईए हूँ इंग्लैंड के अज के हालातों के उत्ते, मैं सुनिया जो मैं पिछले दिनों तो देख रहा भी कितने तो खुदकुशियां हो रही विद्यार्थियों वालों, कितने पैसे लुटे जा रहे हैं, फिर वो बच्चे रोंद करवाते कैमरिया के अगे आ रहे हैं कि फलाने ने पैसे लुट ले वर्क परमिट ना दे उत्ते, कोई इंग्लैंड की सरकार रूल चेंज कर रही है, कितने कोई काम का रौला कि काम नहीं मिल रहा, दूजे शहरों से जाओ इधर आओ, कलियां कुड़ियां आ रही हैं, कपल आ रहे हैं। एक दिन मैं एयरपोर्ट के उत्ते खड़ा सी दो घंटे कोई सवारी लैन वास्ते गया, दो घंटे मैं लगता घट्टो घट 40 कपल जिहड़े ने स्टूडेंटां दे उतरे होने, हालात किहो जिहे ने इंग्लैंड दे? मैं चाहुंदा क्योंकि तुसीं एक काउंसलर भी हो, एक धार्मिक शख्सियत पंथक शख्सियत हो, इतने विचरते हो पंजाब च राजनीतिक पार्टी के नाल भी संबंधित हो, सो तुसीं अपने नज़रिए नाल दसो किहो जिहे हालात ने? बहुत माड़े। अच्छा जी, जदों मैं कई दफा बच्चों मिलते हैं ना जेडे मेरे कनैक्शन पंजाब च भी आ, जेडे उन्होंने पेरेंट्स भी कॉन्टैक्ट कर लेंगे, बच्चे भी कर लेंगे, कई दफा रल के भी कर लेंगे, किसी ना कि पेरेंट्स मन च जरूर होंगी आ कि किसी ना गल कर लीए। चलो मेरा जरा कॉन्टैक्ट नंबर है मेरे फेसबुक से, मेरा फोन नंबर, ईमेल सब कुछ ओपन सारा, जेड़े मर्जी कर ले, गांह तो गांह जान पछाण चो आ जाते, मान साहब के दफ्तर चो पता कर लें। मैं जो उन्होंने दसदा कि भी हालत माड़े आल, कहते कई उत्थे दी भाषा आ जिदा उत्थे आपां करदे आ कहे ना, फिर तुसीं की करन गए सी? डिपेंड करदा सवाल ए हुंदा मेरा, बिलकुल उन्होंने मैं गुस्सा नहीं हुंदा, क्यों सच आ उन्होंने का जोड़ा सो पुछना कि सानू कहने माड़ा तुम की करना की लैन गए? हाँ। मैं कहना हूं कि उदो हालत एक बखरे से, असं गए थे ठीक है उन्होंने टाइम के उ पेल्ला जो सैकंड वर्ल्ड वॉर तो बाद च, मैं 68 च आया, जेडे सैकंड वर्ल्ड वॉर तो बाद पंजावें तो बाद च आने लगे लोग ना, उदो बोचरां से आते ही फैक्ट्रिया फाउंडरिया आए ਉਹ ਬੋਚਰ ਦਿੰਦੇ ਹੁੰਦੇ ਸੀ, ਜਿਹੜਾ ਆਪਣਾ ਬੰਦਾ ਹੋਣਾ ਕਹਿਣਾ ਕੋਈ ਬੰਦਾ ਮੰਗਾ ਲਓ ਤੇ ਉਹ ਬੰਦਾ ਆ ਜਾਂਦਾ ਸੀਗਾ। ਬਸਰੀ ਲੋਕਾਂ ਨੇ ਮੰਗਾਏ ਆ, ਬਿਲਕੁਲ ਠੀਕ ਹੈ, ਕਿਉਂਕਿ ਸੈਕੰਡ ਵਰਲਡ ਵਾਰ ਦੇ ਵਿੱਚ ਇੱਥੇ ਦੇ ਰਿਡਿਊਸ ਫੈਕਟ ਫੌਜੀ ਜਿਹੜੇ ਸੀ ਆਮ ਬੰਬਾਂ ਨਾਲ ਹੋਰ ਬੰਦੇ ਵੀ ਬਹੁਤ ਮਰ ਗਏ, ਤੇ ਬੀਬੀਆਂ ਰਹਿ ਗਈਆਂ ਜਿਹੜੀ ਇੰਡਸਟਰੀ ਸੀ ਖਾਸ ਕਰਕੇ ਫਾਊਂਡਰੀਆਂ ਫੈਕਟਰੀਆਂ ਨਾ, ਔਰ ਉਹ ਉਹਨਾਂ ਲਈ ਕੰਮ ਕਰਨਾ ਔਖਾ ਹੁੰਦਾ ਸੀ ਤਾਂ ਬੰਦਿਆਂ ਦੀ ਜ਼ਰੂਰਤ ਸੀ, ਤੇ ਇਹਨਾਂ ਨੇ ਬੰਦੇ ਜਿੱਥੇ ਜਿੱਥੇ ਵੀ ਇਹਨਾਂ ਰਾਜ ਕੀਤਾ ਸੀ ਅੰਗਰੇਜ਼ਾਂ ਨੇ ਔਰ ਉੱਥੋਂ ਇਹਨਾਂ ਨੇ ਮੰਗਾਏ। अच्छा, वर्ल्ड वाइड जिथे जिथे राज सी, ठीक है, पर उदू बाद दे विच इक होया सी कोई ए गल तुसी बड़ी काम दी दसी है, इनू मैं चाहना भी दोबारा तुसी दस्यो कि वर्ल्ड वार टू तो बाद जो इतने मैन पावर की कमी आ गई, क्योंकि मौतां बहुत हुई वड्डे पद्धर दे, मैन पावर कह लो लेबर कह लो, लेबर कह लो जो आ जाती है उस वेले, फिर जिथे जिथे ब्रिटेन ने राज कीता सी उत्थों बंदे मंगाए। हाँ, जेड़ा पंजाब तो लोग अपने इंडिया साइड तो आए सीगे ना, उस वेले दी इंडिया गवर्नमेंट पंजाबियों नूं बाहर नहीं सी आउंदी। अच्छा अच्छा जी, डिस्क्रिमिनेशन पंजाब दे नाल पहलो तो हुंदी आई है, पर वह आउण नहीं दिंदे, ते हुण वांगू कंडियां वाली तार नहीं सी, अपने पंजाबी लोग बार्डर पार करके तो लाहौर जांदे सी, ते लाहौर तो पाकिस्तानी नाम लिखा के मुसलमाना दे नाल लिखा के उत्थों पासपोर्ट लैके ते इत्थे आउंदे सी। अच्छा अच्छा अच्छा, फिर मेरा ख्याल लगभग 62 की गल आ, मैनूं पाकिस्तान दा नहीं पता, ते उदों जिहड़ा उस वेले दा प्राइम मिनिस्टर सी पंडित जवाहर लाल नहरू, उन्हें आके फिर इत्थे लोकां दीआं गल्लां जदों सुनियां सी ओह करके, ते चलो उन्हां नूं भी आपदे फायदे लई भी साडे लोक है जिहदा बदनामी हुंदी वटएवर, और उन्हां नूं पासपोर्ट इशू करदे सी। अच्छा अच्छा, पर उदों बाद दे विच लोक आउण लग पए, पहलां कल्ले सी फिर परिवार आउणे शुरू हो गए। मैं 1968 च आया। क्या बात है, अच्छा जी, पर मेरा जवाब सी भी उदों असीं रोजी रोटी दी पहाड़ च आए सीगे, क्योंकि उत्थे भी आम जिदा हुण खेती का यह नहीं सी, बलदां वाले हल सी, कुछ सी जिदा नौकरियां नौकरियां जी जी जी, पर उन्होंने कहना कि तुसीं जिहड़ी चीज़ दे विच कहिंदे आ उन्हां सही तरीके नाल वो कोई इतराज नहीं किसे। हाँ, हाँ। मेन कंसर सानू इतराज मैनू हुण भी नहीं, बिल्कुल, पर उत्थे हुंदा आ माड़ा लगदा जिथे साडे बच्चे रुलदे आ, खास करके बच्चियां रुलदियां। बिल्कुल, तुसी कवरेज वधिया कीती सी जदों समिथ गुरद्वारे दे लागे एक बच्ची सी प्रेगनेंट जी जी, और वो बच्ची ने खुदकुशी कर ली। बिल्कुल, हुण क्यों खुदकुशी कीती?
ਕਿੰਨੇ ਸੋਹਣੇ ਸੁਪਨੇ ਲੈ ਕੇ ਆਈ ਸੀ ਔਰ ਇੱਥੋਂ ਕੋਈ ਲੜਕਾ ਮਿਲਿਆ ਆਪਾਂ ਡੀਪਲੀ ਨਾ ਜਾਈਏ ਉਹਨਾਂ ਗੱਲਬਾਤ ਹੋਈ ਉਹ ਬੱਚੀ ਪ੍ਰੈਗਨੈਂਟ ਹੋ ਗਈ ਉੱਥੇ ਇਹ ਚੀਜ਼ ਸੀਗੀ ਕਿ ਵੀ ਮੈਂ ਪੱਕੀ ਕਿੱਦਾਂ ਹੋਊਂ ਹੁਣ ਇੱਥੇ ਬੱਚਿਆਂ ਦਾ ਸਾਰਿਆਂ ਨੂੰ ਵੱਡੀ ਚੀਜ਼ ਹੈ ਨਾ ਪੱਕੇ ਕਿੱਦਾਂ ਹੋਈ ਪੱਕੇ ਕਿੱਦਾਂ ਹੋਈ ਬੇਸ਼ੱਕ ਵੀਜ਼ਿਆਂ ਤੇ ਆਏ ਆ ਪਰ ਉਹਨਾਂ ਨੂੰ ਚੱਕਰ ਇਹੀ ਆ ਪ੍ਰੋਬਲਮ ਇਹੀ ਆ ਹਜੇ ਤੇ ਕੋਈ ਪੱਕਾ ਨਹੀਂ ਹੋਇਆ ਹਾਂ ਜਦੋਂ ਇੱਥੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਤੋਂ ਵੀ ਬੱਚਿਆਂ ਨੂੰ ਆਉਂਦੇ ਮਿਲਦੇ ਕੋਵਿਡ ਤੋਂ ਪਹਿਲਾਂ ਸੀ ਉਹਨਾਂ ਨੂੰ ਮਿਲੇ ਕੀਤੇ ਜਦੋਂ ਉੱਥੇ ਮੈਂ ਪੁੱਛਿਆ ਅਸੀਂ ਚਲੋ ਉਹਨਾਂ ਦੇ ਸੀਵੀਆਂ ਵੀ ਬਣਾਉਂਦੇ ਸੀ ਉਹਨਾਂ ਨੂੰ ਪੁੱਛਿਆ ਕਿ ਵੀ ਮਾਝੇ ਤੋਂ ਕਿੰਨੇ ਮਾਲਵੇ ਤੋਂ ਕਿੰਨੇ ਮੈਜੋਰਟੀ ਦਬਾਬੇ ਤੋਂ ਜਦੋਂ ਪੁੱਛਿਆ ਵੀ ਡਿਗਰੀ ਕਰਕੇ ਮੁੜਨਾ ਕਹਿੰਦੇ ਕਹਿੰਦੇ ਅਸੀਂ ਮੁੜਨ ਥੋੜੋ ਅਸੀਂ ਤਾਂ ਪੱਕੇ ਹੋਵਾਂਗੇ ਬਿਲਕੁਲ ਉਹਨਾਂ ਦੀ ਗੱਲ ਸਹੀ ਮੈਟੈਲਿਟੀ ਸੋਚੋ ਵੀ ਉਹ ਆਉਂਦੇ ਕਿਉਂ ਆ ਪਹਿਲਾਂ ਆਪਾਂ ਇਸ ਗੱਲ ਤੇ ਜਾਈਏ ਆਉਂਦੇ ਕਿਉਂ ਆ ਕਿ ਨੌਕਰੀਆਂ ਨੇ ਬਿਲਕੁਲ ਖਾਸ ਕਰਕੇ ਸਿੱਖਾਂ ਨੂੰ ਨੌਕਰੀਆਂ ਨੇ ਉਦੋਂ ਕਾ ਪੰਜਾਬੀਆਂ ਚ ਆ ਜਾਓ ਨਹੀਂ ਨੌਕਰੀਆਂ ਪਰ ਜਿਹੜੇ ਪੰਜਾਬ ਤੋਂ ਬਾਹਰੋਂ ਆਉਂਦੇ ਲੋਕ ਉਹਨਾਂ ਲਈ ਨੌਕਰੀਆਂ ਹੈ ਮੈਂ ਇਸ ਵਿਰੋਧ ਚ ਨੇ ਵੀ ਉਹਨਾਂ ਨੂੰ ਦੂਜੇ ਸੂਬੇ ਵਾਲਿਆਂ ਨੂੰ ਨੌਕਰੀਆਂ ਕਿਉਂ ਦਿੱਤੀਆਂ ਜਾਂਦੀਆਂ ਦੇਵੋ ਪਰ ਜੇ ਆਪਣੇ ਘਰ ਦੇ ਵਿੱਚ ਨਿਆਣੇ ਭੁੱਖੇ ਮਰਦੇ ਤਾਂ ਉਹਨਾਂ ਨੂੰ ਵੀ ਰੋਟੀ ਦਾ ਇੰਤਜ਼ਾਮ ਕਰੋ ਬਿਲਕੁਲ 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 ਉਹਨਾਂ ਨੂੰ ਵੀ ਕਰੋ ਕਿਉਂਕਿ ਜਦੋਂ ਚੀਜ਼ ਆ ਨਾ ਇੱਥੇ ਵੀ ਇਹ ਗੱਲ ਕਈ ਦਫ਼ਾ ਚੱਲਦੀ ਹੁੰਦੀ ਸੀ ਬਰਮਿੰਗਮ ਤੁਸੀਂ ਬਰਮਿੰਗਮ ਦੇ ਪਾਪੂਲੇਸ਼ਨ ਦੀ ਗੱਲ ਕੀਤੀ ਜੀ ਤਕਰੀਬਨ 65,000 ਤੋਂ 70,000 ਸਿੱਖ ਆ ਬਰਮਿੰਗਮ ਬਾਉਂਡਰੀ ਚ ਜਿਹੜੀ ਬਰਮਿੰਗਮ ਦੀ ਬਾਉਂਡਰੀ ਹੈ ਜਿੱਦਾਂ ਇੱਕ ਆਪਾਂ ਕਹਿ ਲਓ ਹੈ 10 MP ਹੈ ਇਸ ਬਾਉਂਡਰੀ ਦੇ ਠੀਕ ਹੈ ਪਰ ਉਹਦੇ ਨਾਲ ਜੇ ਹਿੰਦੂ ਭਾਈਚਾਰਾ ਪਾਉਂਦੇ ਆ ਨਾ ਤਕਰੀਬਨ 40-45 ਹਜ਼ਾਰ ਹੋਇਆ 1 ਲੱਖ ਤੋਂ 10-15 ਹਜ਼ਾਰ ਪੰਜਾਬੀ ਭਾਈਚਾਰਾ ਹੈਗਾ ਠੀਕ ਹੈ ਵਿੱਚ ਕੁਛ ਗੁਜਰਾਤੀ ਵੀ ਆਪਾਂ ਪਾ ਲਈਏ ਭਾਈਚਾਰਾ ਤੇ ਜੇ ਆਪਾਂ ਵੈਸਟ ਮਿਡਲੈਂਡ ਜਿੱਦਾਂ ਦੁਆਬਾ ਇੰਡੀਆ ਦਾ ਗਿਣ ਲੈਂਦੇ ਪੰਜਾਬ 'ਚ ਨਾ ਔਰ ਉਹਨੂੰ ਗਣ ਲਈਏ ਤਕਰੀਬਨ 2.5-3 ਲੱਖ ਅਸੀਂ ਇਸ ਕੈਚਮੈਂਟ 'ਚ ਹੈਗੇ ਹਾਂ ਵੈਸਟ ਮਿਡਲੈਂਡ ਦੇ ਵਿੱਚ ਠੀਕ ਹੈ ਜੀ ਪਰ ਜਿਹੜੇ ਬੱਚੇ ਬੱਚੀਆਂ ਜਦੋਂ ਇੱਥੇ ਆਉਂਦੇ ਆ ਇੱਕ ਉਹ ਬੱਚੇ ਬੱਚੀਆਂ ਦੀ ਵੀ ਗੱਲ ਕਿ ਉਹਨਾਂ ਨੂੰ ਇੱਕ ਸਖਾਲਤ ਵੀ ਇਹ ਆ ਜਾਂ ਉੱਥੇ ਦੀ ਤੌਰ ਤਰੀਕਾ ਕਹਿ ਲਓ ਜਦੋਂ ਬੱਚਿਆਂ ਨੂੰ ਪੁੱਛਦੇ ਵੀ ਤੁਸੀਂ ਇੱਥੇ ਆਏ ਹੁਣ ਕਹਿੰਦੇ ਸਾਨੂੰ ਤਕਲੀਫ ਬਹੁਤ ਆ ਤੁਹਾਨੂੰ ਪਤਾ ਨਹੀਂ ਸੀ ਸਾਨੂੰ ਹਰ ਜਿਹੜੇ ਨਵੇਂ ਨਵੇਂ ਆਉਂਦੇ ਆ ਨਵੇਂ ਨਵੇਂ ਜਦੋਂ ਆਉਂਦੇ ਆ ਨਾ ਹਜੇ 1-2 ਹਫ਼ਤੇ 4 ਹੁੰਦਾ ਉਦੋਂ ਉਹਨਾਂ 'ਚ ਹੁੰਦਾ ਜੀ ਸਾਨੂੰ ਸਾਰਾ ਹੀ ਪਤਾ ਸੀ ਸਾਰਾ ਹੀ ਪਤਾ ਕੀਤਾ ਕਰਦੇ ਸੀ ਤੇ ਜਦੋਂ ਥੋੜ੍ਹੇ ਕੁ ਪੁਰਾਣੇ ਹੋ ਜਾਂਦੇ ਆ ਤੰਗ ਹੁੰਦੇ ਆ ਫੇਰ ਦੱਸ ਰਹੇ ਜੀ ਅਸੀਂ ਤਾਂ ਭੰਬਲ ਪੁੱਛੇ ਚਲਾ ਗਏ ਜਿਹੜੇ ਪੌਂਡ ਲਿਆਂਦੇ ਹੁੰਦੇ ਨਾਲ ਜਦੋਂ ਖਤਮ ਹੋਣ ਲੱਗਦੇ ਨੇ ਇੱਕ ਕੋਈ ਬੱਚੀ ਆ ਲੰਡਨ 'ਚ ਅੱਛਾ ਮੈਂ ਨਾਂ ਨਹੀਂ ਲਵਾਂਗਾ ਠੀਕ ਹੈ ਔਰ ਉਹਦੇ ਪਰਿਵਾਰ 'ਚੋਂ ਉਹਦੀ ਮਾਂ ਨੇ ਵੀ ਮੈਨੂੰ ਕੰਟੈਕਟ ਕੀਤਾ ਉਹਦੇ ਮਾਸੀ ਦੇ ਮੁੰਡੇ ਨੇ ਵੀ ਉਹ ਜਿਹੜਾ ਮਾਸੀ ਦਾ ਮੁੰਡਾ ਸੀ ਉਹ ਥੋੜ੍ਹਾ ਰੂਡ ਸੀ ਅੱਛਾ ਜੀ ਉਹ ਕਹਿੰਦਾ ਤੁਸੀਂ ਇੱਥੇ ਕੀ ਕਰਦੇ ਆ ਪੰਜਾਬ ਦੀਆਂ ਧੀਆਂ ਰੋਲਦੀਆਂ ਤੁਸੀਂ ਇੱਥੇ ਕੋ ਉਹਦੀ ਭਾਸ਼ਾ ਹੀ ਇਹੋ ਜਿਹੀ ਮੈਂ ਕਿਹਾ ਬੇਟਾ ਗੱਲ ਸੁਣ ਲਓ ਤੁਸੀਂ ਕਿਸੇ ਦੀ ਜ਼ਿੰਮੇਵਾਰੀ ਤੇ ਘੱਲਿਆ ਸੀ ਕਿਸੇ ਨੂੰ ਕਿਹਾ ਸੀ ਜਿਹੜਾ ਹੁਣ ਤੁਸੀਂ ਇੱਕ ਤਰ੍ਹਾਂ ਦੇ ਦਬਕੇ ਮਾਰਦੇ ਆ ਬਿਲਕੁਲ ਬਿਲਕੁਲ ਹਾਂ ਤੁਹਾਨੂੰ ਇਹ ਦੱਸਦੇ ਆ ਕਹਿੰਦੇ ਸੂਦ ਕਿਦੇ ਵੀ ਮੈਂ ਕਿਹਾ ਕੰਮ ਸੇ ਕੰਮ 600-700 ਪਾਉਂਡ 60-70 ਹਜ਼ਾਰ ਰੁਪਈਆ ਮਹੀਨੇ ਦਾ ਕੁੜੀ ਨੂੰ ਬੱਚੀ ਨੂੰ ਭੇਜ ਦਿਆ ਕਰੋ ਬਿਲਕੁਲ ਬਿਲਕੁਲ ਤੇ ਉਹ ਵਿਚਾਰੀ ਆਪਣਾ ਕਮਰਾ ਕਿਰਾਏ ਤੇ ਲਵੇ ਖਾਵੇ ਪੀਵੇ ਆਪਣੀ ਉਹ ਪੜ੍ਹਾਈ ਕਰੇ ਜਦੋਂ ਡਿਗਰੀ ਹੋ ਜਾਈ ਮੁੜ ਕੇ ਸੱਦ ਲਿਓ ਵਾਪਸ ਸੱਦ ਲਿਓ ਅਸੀਂ ਕਹਿੰਦਾ 23 ਲੱਖ ਕਹਿੰਦਾ ਲੈ ਕੇ ਘੱਲਿਆ ਬੈਂਕ ਤੋਂ ਅਸੀਂ ਇੰਨਾ ਮਹੀਨੇ ਦਾ ਭਰਦੇ ਹਾਂ ਤਾਂ ਮੈਂ ਕਿਹਾ ਭਰੋ ਪਰ ਤੁਸੀਂ ਜਿਹੜੇ ਚੀਜ਼ ਕਰਦੇ ਆ ਪਰ ਉਹ ਇੱਕ ਆ ਪਰ ਉਹਨਾਂ ਦੀ ਇਹ ਚੀਜ਼ ਆ ਕਿ ਵੀ ਉੱਥੇ ਨਾ ਤਾਂ ਨੌਕਰੀ ਆ ਨਾ ਕਿਸੇ ਪਾਸੇ ਹੋਰ ਆ ਜਿੰਨੀਆਂ ਜਿੰਨੀਆਂ ਹੁਣ ਇੱਕ ਜ਼ਮੀਨਾਂ ਵੀ ਰਹਿ ਲਈ ਆਪਾਂ ਇੱਕ ਉਹ ਜ਼ਿਮੀਂਦਾਰਾਂ ਦੀ ਕਿਸਾਨਾਂ ਦੀ ਗੱਲ ਕਰ ਲਈਏ ਜਿਹੜੇ ਅੱਜ ਤੋਂ 3ਜੀ ਪੀੜ੍ਹੀ ਦੇ ਵਿੱਚ 10 ਏਕੜ ਦੇ ਮਾਲਕ ਸੀ ਘੱਟੇ ਹੀ ਹੁੰਦੇ ਸੀ ਖਾਸ ਕਰਕੇ ਦੁਆਬੇ 'ਚ ਸਾਡੇ 4 ਚਪੇਰੇ ਮੇਰੀ ਜਾਣ ਪਛਾਣ ਵਾਲੇ 'ਚ ਜੇ ਉਹ 10 ਏਕੜ ਸੀ 10 ਦੇ ਵਿੱਚੋਂ ਜੇ 3 ਮੁੰਡੇ ਹੋ ਗਏ ਤਾਂ 3 ਰਹਿ ਗਏ ਗਾਂ ਆ ਕੇ ਗਦੋਦ ਹੋ ਗਿਆ ਖੇਤ ਰਹਿ ਗਿਆ 3ਜੀ ਪੀੜ੍ਹੀ 'ਚ ਤੇ ਉਹ ਖੇਤ ਦੇ ਵਿੱਚ ਉਹ ਪਸ਼ੂ ਡੰਗਰ ਰੱਖਣਗੇ ਦੁੱਧ ਵਾਲਾ ਉਹ ਮਕਾਨ ਬਣਾਉਣਗੇ ਜਾਂ ਉਹ ਆਪਣੇ ਲਈ ਖਾਣ ਲਈ ਕਣਕ ਬੀਜਣਗੇ ਜਾਂ ਪਸ਼ੂਆਂ ਲਈ ਉਹ ਪੱਠੇ ਬੀਜਣਗੇ ਤੇ ਜੇ ਉਹ ਬਾਹਰੋਂ ਚਾਹੇ ਘੇ ਲੈਂਦੇ ਆ ਤੇ ਚਾਹੇ ਦੁੱਧ ਲੈਂਦੇ ਉਹ ਸਾਰੀ ਮਿਲਾਵਟ ਆ ਰਹੀ ਆ ਮੇਰਾ ਕਹਿਣ ਦਾ ਮਤਲਬ ਇਹ ਸਿਸਟਮ 'ਚ ਇਹ ਪਏ ਆ ਕਿ ਉਹ ਬੱਚੇ ਤੰਗ ਵਾ ਉਹ ਕਹਿੰਦੇ ਇਸੇ ਜ਼ਮੀਨ ਨੂੰ ਜਾਂ ਵੇਚ ਕੇ ਜਾਂ ਇੱਥੇ ਕਰਜ਼ਾ ਲੈ ਕੇ ਬਾਹਰ ਜਾਈਏ ਬਾਹਰ ਚਲ ਜਾਈਏ ਇੱਕ ਵਾਰੀ ਜਦੋਂ ਬਾਹਰ ਆਉਂਦੇ ਆ ਤੇ ਮੈਜੋਰਿਟੀ ਕੁੜੀਆਂ ਸੱਚ ਜਾਣਿਓ ਮੇਰੇ ਕੋਈ ਬੱਚੀਆਂ ਧੀਆਂ ਕੋਈ ਮੇਰੀਆਂ ਪੋਤੀਆਂ ਨਹੀਂ ਹਨ ਨਾ ਕੋਈ ਧੀਆਂ ਕੱਲ ਵੀ 20-22 ਸਾਲ ਦੀਆਂ ਕੁੜੀਆਂ ਬੱਚੀਆਂ ਬਿਲਕੁਲ ਬਿਲਕੁਲ ਇੰਨੀਆਂ ਬੱਚੀਆਂ ਉਹ ਤੰਗ ਆ ਰੋਣ ਆਉਂਦਾ ਦੇਖ ਕੇ ਬੱਚੀਆਂ ਨੂੰ ਕਿ ਉਹ ਦੇਖ ਕੇ ਕਰਦੀਆਂ ਆ ਕਿ ਵੀ ਆਹ ਉਮਰ ਆ ਦਬਾ ਦਬ ਇਹ ਵੀ ਸੱਚ ਆ
99% आईलेट कुड़ियां की हुई है तो फाइनेंस मुंडे वाले करते हैं बस जो उन्होंने रल के आ जाता चलो जी बाहर चली गए तेरे को एजुकेशन सर्टिफिकेट है हाँ। मेरे बापू ने ला देने पैसे आप बाहर चली गए ब्याह कर देंगे बाजे टाइम ने ना आ जाते इतने आके फिर बाद देखते हैं हजे बहुत कुड़ियां बेचारियां हजे उतरिया हजे चूड़े ओदा ही पाए होंगे बड़े चा ना आते इतने आके चा टुट जाता फिर उन्हें नौकरियां नहीं मिलदियां वह नौकरियां कित्थे मिलदियां देसी दुकाना से मजोरिटी देसी दुकानियां अपनियां जां बंगलादेशियां दियां ते जां पाकिस्तानी वीरां दियां अपने पंजाबियां दियां के बहुत होंदियां सोहर रोड लाला तुसीं देख लो एक अद्धी दुकान पंजाबियां दी मिलनी आ नहीं तुहानूं बाकी सारियां जिहड़ियां खाण पीण उह मिलनियां जी 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 हुण उत्थे जिहड़े मिलदे आ तां उह किन्नियां कनूं तनखाहां दे देणगे ते जां जिहड़े रेस्टोरेंटां दे विच कोह कम करदे आ तो रेस्टोरेंटां दे विच आ बहुत सारे थां ते इह वी देखिआ कि वी जे 10 पाउंड प्लस 10 पाउंड ला लो ऑफिशियली जिहड़ा कम करन दा हकदार आ जिहड़े पंजाब तों स्टूडेंट्स आउंदे इंडिया तों चाहे पाकिस्तान तों उन्होंने कोल हक हुंदा जिहड़ा पढ़न लई आया खास करके कुड़ियां उन्होंने को कुछ घंटे का होंगे कुछ उन्हें पढ़ना वो नाल जो होंगे वह हसबेंड जरा फुल टाइम जिन्ना मर्जी कर ले पर चीज यह आ कि भी उन्होंने पूरी तनखाह के हकदार आ पर मिलते नहीं 50% 4 पाउंड 5 पाउंड मिलते और 5 पाउंड ना करन की और सच या कुछ कुड़िया ने दसे अंकल की दसीए हजे जहाजों उतरे ही तो मगरों बधाइया दे के उतरे करके फोन आ जाता ओए पुत्रा फलाने दे पैसे देने फलाने दे देने दवा दा पैसे घल दे पैसे कुड़ियां कित्थों मैं तां ही जोर दे के कहने रब दे वास्ते जे तां बच्चियां दा तुहाडा किते पक्का जरूर घलो बच्चियां नूं पर तुसी बच्चियां नूं इस आसरे ना घल दिओ रब नूं मैं भी मानदा पर रब ने दिमाग भी दिता रब ने सानूं चार चपेरे अज मीडिया च पता की हो रहा यह भी सोचो कि असी बच्चे नूं इह ना कह दईए आम कहावत इत्थे सुणदे हुंदे सी जे चाह अपने जहाजे चढ़ाउणा है ना लड़की नूं ते कोई दा किथे चलिया फलाने था चलिया आ चंगा भी कुड़ी दा ख्याल रखी वो जिहड़ा आप देंगे तो कुड़ी दा ख्याल की रखूगा हुण मुंडे तो हजे औखे सौखे किते रात कट लैणगे मन लो किते बिल्डिंग साइटां ते कम कर रहे मजोरिटी बिल्डिंग साइटां ते कम करदे कुड़ियां बिल्डिंग साइटां ते किदां कम करनगियां वो बेचारियां धीआं साडियां बच्चियां वह अपने कह लो कि बाहर किदा सौ जाणगियां हैं हुण कई थां ते बहुत गुरु घर मदद करते वेले वेले असीं भी बाबा दीप सिंह गुरद्वारे तो तुहानूं पता रात विकटा दी दो विकटा दी दा बच्चियां ने दरवाजे खुले ब्यावो पकाओ खावो पीवो पर नाल सेवा भी करियो भैड़ा कम ना करियो जेने भैड़ा किया भेड़े का मतलब है कई मुंडे मैनू यह पता भी नशा पानी कुड़ी नूं कहना कम करके लिया तो नशे दे आदि पहला पिछे गैंगस्टर चो निकले होंगे और उन्होंने बंदिया ने करके नशा पानी भी पीना फिर कुड़िया ने कुटना भी दे मैनू पीण लई भी पैसे ते घरदिया दे भी लाते ते पैसे लाए हुंदा यार कुड़िया ने मैं क्यों कमां मैं क्यों कमां बच्चे तंग हुए मिलने और बच्चे मैं ता ही कहना कैसी मैं आई डी नहीं दसी जो उतो दलाल एजेंट चढ़ाते हैं वो ये नहीं बच्चे सोचते बच्चों के इदा दिमाग च पाते तू एक बार चढ़ सही इतों वो बच्चे का रहन का कर इतने का ग्लासगो की यूनिवर्सिटी यूनिवर्सिटी बना देंगे लंडन की लीड की 4 घंटे दूर रिहायश तों 4 घंटे दूर थानू भी पता बिचरदे पर जेकर यूनिवर्सिटी तो करते पर मैं होर गल्लां तो पहला कहिंदा जावां जिन्हें मैनू यह सुनदे जां प्लीज इहनू तुसीं शेयर करो सोशल मीडिया ते तुहाडा बहुत धन्नवाद तुसीं अज वधिया विशा लियांदा अगे भी आपां इक दोरी कीती पर इह मोर डीपली इहनू शेयर करो दब के सारे लोकां ते पहुंच जाए जेकर तुहाडे बच्चियां नूं तुहानूं एजेंटां दे राहीं जाण दी कोई जरूरत नहीं ਤੁਸੀਂ ਯੂਨੀਵਰਸਿਟੀਆਂ ਗੂਗਲ ਤੇ ਜਾ ਕੇ ਸਰਚ ਕਰੋ ਅੱਛਾ ਸਰਚ ਕਰਕੇ ਉੱਥੇ ਲੱਭੋ ਯੂਨੀਵਰਸਿਟੀਆਂ ਨੂੰ ਡਾਇਰੈਕਟ ਕੰਟੈਕਟ ਕਰੋ ਇੱਕ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੋ ਜ਼ਿੰਮੇਵਾਰੀ ਇਹ ਨੇ ਕਿ ਵੀ ਤੁਹਾਨੂੰ ਗਿਆ ਆਇਆਂ ਨੂੰ ਚੱਕੀ ਫੈਰਨਗੇ ਤੇ ਰੋਟੀਆਂ ਖਿਲਾਉਣਗੇ ਔਰ ਕਾਗਜ਼ ਪੱਤਰ ਦੀ ਤੁਹਾਡੇ ਵੀਜ਼ੇ ਦੀ ਤੇ ਪੈਸੇ ਘੱਟ ਲੱਗਣਗੇ ਬਿਲਕੁਲ ਦਲਜੀਤ ਸਿੰਘ ਜੀ ਕਈ ਯੂਨੀਵਰਸਿਟੀਆਂ ਕਾਗਜ਼ਾਂ 'ਚ ਇੱਕ ਕਮਰਾ ਹੀ ਕਿਰਾਏ ਤੇ ਲੈ ਕੇ ਨਾ ਉਹਦੇ ਉੱਤੇ ਬੋਰਡ ਲਾਇਓ ਯੂਨੀਵਰਸਿਟੀ ਆ ਜਿਹਦੇ ਵਿੱਚ ਇੱਕ ਮੰਜਾ ਵੀ ਨਹੀਂ ਡਿੰਦਾ ਹੁੰਦਾ ਅੱਛਾ ਅਡਵਾਲ ਸਾਹਿਬ ਮੇਰਾ ਸਵਾਲ ਨਾਲੋਂ ਨਾਲ ਮੈਂ ਕਰਦਾ ਜਮਾਂ ਆਪਾਂ ਲੈਂਦੇ ਜਾਂਦੇ ਹਾਂ
ਹੁਣ ਤੁਸੀਂ ਬਹੁਤ ਕੁਝ ਦੱਸਿਆ ਕਿ ਇਸ ਤਰੀਕੇ ਨਾਲ ਸਟੂਡੈਂਟ ਆਉਂਦੇ ਆ, ਮਾਂ ਪਿਓ ਇਸ ਤਰੀਕੇ ਨਾਲ ਭੇਜ ਦਿੰਦੇ ਆ, ਫਿਰ ਵਿਆਜ ਦਾ ਵੀ ਕਿਹਾ ਜਾਂਦਾ ਵੀ ਵਿਆਜ ਪੈ ਰਹੀ ਹੈ, ਭੇਜਣੇ ਵੀ ਸ਼ੁਰੂ ਕਰ ਦਿਓ। ਹੁਣ ਇਹ ਸਾਰੇ ਘਟਨਾਕ੍ਰਮ 'ਚ ਗਲਤੀ ਕਿਹਦੀ ਹੈ? ਕਿਉਂਕਿ ਜੇ ਬੱਚੇ ਸਟੱਡੀ ਲਈ ਆਏ ਆ ਤਾਂ ਫਿਰ ਉਹ ਸਟੱਡੀ ਲਈ ਹੀ ਆਏ ਆ, ਉਹ ਜਦੋਂ ਸਟੱਡੀ ਖਤਮ ਹੁੰਦੀ ਹੈ ਪਰਮਾਨੈਂਟ ਹੁੰਦੇ ਆ, ਪੈਸਿਆਂ ਦੀ ਆਸ ਉਦੋਂ ਕੀਤੀ ਜਾ ਸਕਦੀ ਹੈ। ਹੁਣ ਤਾਂ ਭਾਈ ਇਹ ਆ ਵੀ ਤੁਸੀਂ ਸਟੱਡੀ ਵਾਸਤੇ ਭੇਜਿਆ ਤੇ ਬੱਚਿਆਂ ਦੀਆਂ ਫੀਸਾਂ ਭੇਜੋ, ਨਾ ਕਿ ਉਹ ਤੰਗ ਨਾ ਹੋਣ, ਉਹਨਾਂ ਨੂੰ ਪਿੱਛੋਂ ਸਪੋਰਟ ਭੇਜੋ। ਪਰ ਤੁਸੀਂ ਉਲਟਾ ਪੈਸੇ ਵੀ ਮੰਗਦੇ ਹੋ, ਫਿਰ ਕਹਿੰਦੇ ਵੀ ਬਾਹਰ ਚਲੇ ਜਾ, ਉੱਥੇ ਜਾ ਕੇ ਸਟੱਡੀ ਕਰ। ਮਤਲਬ ਭੇਜੇ ਸਟੱਡੀ ਤੇ ਆ ਪਰ ਮੰਗਣੇ ਪੈਸੇ ਆਪਾਂ। ਇਹ ਤਾਂ ਗਲਤ ਹੈ। ਹਾਂ, ਇਹ ਫਿਤਰਤ ਆ ਤੁਹਾਡੀ ਕਿ ਅਸੀਂ ਕਰਨਾ ਕੁਛ ਆ, ਦੱਸਣਾ ਕੁਛ ਆ, ਉਹ ਗੱਲ ਵੱਖਰੀ ਯਾਰ। ਜੇ ਤੁਹਾਨੂੰ ਚ ਕੁਛ ਲਾਭ ਹੁੰਦਾ, ਪਰ ਲਾਭ ਕੋਈ ਨੁਕਸਾਨ ਹੁੰਦਾ ਨਾ, ਫਿਰ ਬਹੁਤ ਸਾਰੇ ਪੇਰੈਂਟਸ ਦੇ ਫੋਨ ਆਉਂਦੇ ਆ ਜੀ ਸਾਡੀ ਮਿਹਨਤ ਹੈ। ਮੈਂ ਕਿਹਾ ਮਿਹਨਤ ਨਾ ਕਰੋ, ਮੈਂ ਝੂਠ ਨਹੀਂ ਬੋਲਣਾ ਜੀ, ਮੈਂ ਕਰਾ ਦਊ। ਜਦ ਹੋ ਨਹੀਂ ਸਕਣਾ ਮੈਂ ਕਿੱਥੋਂ ਜੋਬਾਂ ਲੱਭਦੇ ਆ, ਨਹੀਂ ਜੋਬਾਂ ਕਿੱਥੋਂ ਲੱਭਦੇ ਆ। ਬਿਲਕੁਲ ਬਿਲਕੁਲ, ਪਰ ਅੱਜ ਤਾਈਂ ਕੋਈ ਪੱਕਾ ਹੋਇਆ? ਦੇਖੋ ਕੋਈ ਵੀ ਕੰਟਰੀ ਆ, ਉਹਨਾਂ ਨੇ ਇਹ ਚਾਹੁਣਾ ਕਿ ਵੀ ਜਿਹੜੇ ਉੱਥੇ ਦੇ ਕਹਿ ਲਓ ਕਿ ਵੀ ਐਜੂਕੇਸ਼ਨਲ ਅਦਾਰੇ ਆ, ਉਹਨਾਂ ਨੂੰ ਕਹਿਣਾ ਕਿ ਸਾਡੀ ਸਪੋਰਟ ਕਰੋ। ਬਿਲਕੁਲ, ਉਹ ਸਪੋਰਟ ਕਿੱਥੋਂ ਕਰਨਾ? ਕੋਈ ਨਾ ਕੋਈ ਤਰੀਕਾ ਲੱਭਣਾ ਨਾ। ਜਿਹੜੇ ਕਿ ਇੰਡੀਆ ਦੇ ਵਿੱਚ, ਪੰਜਾਬ 'ਚ ਤਾਂ ਹੈ ਹੀ ਨਹੀਂ, ਉਹ ਭਗਵੰਤ ਮਾਨ ਹੁਣੀ ਉੜੇ ਫਿਰਦੇ, ਉੱਧਰ ਜਹਾਜ਼ 'ਚ ਉੜ ਗਏ, ਉੱਧਰ ਉੜ ਗਏ, ਆਹ ਕਰ ਲਿਆ, ਉਹ ਮਸਕਰੇ ਵਾਂਗੂ। ਹੁਣ ਇਹ ਨਹੀਂ ਸੋਚਣਾ, ਉਹ ਕਰਦੇ ਸੀ, ਉਹਨਾਂ ਦੇ ਹੁੰਦੇ ਆ, ਉਹ ਕਰਦੇ ਸੀ, ਲਓ ਜੀ ਗੋਰੇ ਕੰਮ ਦੇ ਆਇਆ ਕਰਨ ਗਏ, ਨਹੀਂ ਉਹ ਗੋਰਿਆਂ ਦੇ ਆ ਗਏ। ਹੁਣ ਦੱਸੋ ਕਿ ਵੀ ਇਹਨਾਂ ਲੋਕਾਂ ਨੇ ਜਿਹੜੇ ਬਾਹਰ ਕਰ ਲਓ, ਅਮੈਰੀਕਾ ਲਾ ਲਓ, ਕੈਨੇਡਾ ਲਾ ਲਓ, ਜਦੇ ਕੈਨੇਡਾ ਦਾ, ਹੁਣ ਕੈਨੇਡਾ 'ਚ ਤਾਂ ਬਹੁਤ ਰੌਲਾ ਪਿਆ। ਆਹ ਹੁਣ ਤੁਸੀਂ ਸੁਣਿਆ ਹੋਣਾ ਟਰੱਕਾਂ ਵਾਲਿਆਂ ਦਾ ਵੀ ਪੈ ਗਿਆ, ਉਹਦੇ ਵਿੱਚ ਉਹਨਾਂ ਨੇ ਕਰਤਾ, ਉਹ ਗੋਰਿਆਂ ਨਾਲ ਅੱਧੇ ਪੈਸੇ ਤੇ ਲਾਉਣ ਲੱਗ ਪਏ ਸੀ, ਉਹਨਾਂ ਨੇ ਸਮਾਨ ਚੁਕਾਉਣ ਬੰਦ ਕਰਤੇ। ਪਰ ਉਹ ਅੱਧੇ ਕਿਉਂ ਚੱਕਦੇ ਪੈਸੇ? ਉਹਨਾਂ ਨੂੰ ਵੀ ਚਾਹੀਦੇ, ਪਰ ਉਹਨਾਂ ਨੂੰ ਜੇ ਮਿਲਦਾ ਨੀ ਉਹ ਕਰਨ ਕੀ? ਦੂਸਰੀ ਗੱਲ, ਉਹ ਜਿਹੜੇ ਇੱਥੇ ਦੇ ਲਾ ਲਓ ਬਾਹਰਲੇ, ਉਹ ਜਿਹੜੇ ਅਦਾਰੇ ਆ, ਉਹ ਕਹਿੰਦੇ ਇੱਥੇ ਵੀਜ਼ੇ ਖੋਲ ਦਿੰਦੇ ਆ ਤੇ ਤੁਸੀਂ ਪੈਸੇ ਕਮਾ ਲਓ। ਠੀਕ ਹੈ, ਹੁਣ 15-16 ਲੱਖ 15-16 ਹਜ਼ਾਰ ਪਾਊਂਗਾ ਇੱਥੇ ਦਾ ਲਾ ਲਓ, ਔਰ ਉਹ ਪਰ ਬੰਦੇ ਦਾ ਆ ਗਿਆ, ਉਹਨਾਂ ਨੂੰ ਆ ਗਈ ਨਾ ਚੀਜ਼। ਤੇ ਜੇ ਨਾਲ ਦੂਜੇ ਜਾਂ ਪਾਰਟਨਰ ਆ, ਉਹਨਾਂ 5-6 ਲੱਖ 20-22 ਲੱਖ ਚਾਹੁੰਦੇ ਆ, ਉਹ ਕੰਟਰੀ 'ਚ ਪੈਸੇ ਆਏ ਨਾ, ਗਏ ਤਾਂ ਨਹੀਂ ਨਾ, ਪਰ ਉਹਦਾ ਫਾਇਦਾ ਕੀ ਹੋਇਆ? ਡਿਗਰੀਆਂ ਕੀਤੀਆਂ ਕਈਆਂ ਨੇ, ਨੋ ਡਾਊਟ, ਪਰ ਡਿਗਰੀ ਕੰਮ ਕਿਹੜੇ? ਔਰ ਇੱਥੇ ਵਾਲੇ ਇਹ ਕਹਿ ਰਹੇ ਆ, ਇੱਥੇ ਵਾਲੇ ਇਹ ਕਹਿ ਰਹੇ, ਦੇਖ ਮੈਨੂੰ ਕਈਆਂ ਨੇ ਗੱਲ ਕੀਤੀ, ਕਹਿੰਦੇ ਯਾਰ ਤੂੰ ਇੱਥੇ ਇਲੈਕਟਡ ਮੈਂਬਰ ਆ, ਤੂੰ ਇੱਥੇ ਕੌਂਸਲਰ ਦਾ ਇੱਥੇ ਦਾ। ਮੈਂ ਕਿਹਾ ਬਿਲਕੁਲ, ਪਰ ਮੈਂ ਇਨਸਾਨ ਆ, ਜਿੱਥੇ ਇਨਸਾਨ ਦੇ ਨਾਲ ਜਿਆਦੀ ਹੁੰਦੀ ਤੇ ਮੈਂ ਉੱਥੇ ਵੀ ਖੜਨਾ, ਤੇ ਮੈਂ ਇੱਕ ਹੋਬੀ ਲਈ ਕੌਂਸਲਰ ਨਹੀਂ ਬਣਿਆ ਜੀ। ਪੈਸਾ ਇੱਥੇ ਪੋਲੀਟਿਕਸ 'ਚ ਹੈ ਨਹੀਂ, ਬਿਲਕੁਲ ਹੋਬੀ ਲਈ ਮੈਂ ਬਣਿਆ ਨਹੀਂ, ਮੈਂ ਸਾਡੇ ਲੋਕਾਂ ਦੀ ਆਵਾਜ਼ ਉਠਾਉਣ ਲਈ ਤਾਂ ਬਣਿਆ ਇਹਦੇ ਵਿੱਚ। ਮੇਰੀ ਆਪਣੀ ਆ, ਬਾਕੀ ਦੀ ਆਪਣੀ ਮਰਜ਼ੀ ਆ, ਤੁਹਾਨੂੰ ਖੁਦ ਪਤਾ ਇੱਥੇ। ਤੇ ਜੇ ਲੋਕਾਂ ਦਾ ਧੱਕਾ ਹੋ ਰਿਹਾ, ਭੈੜਾ ਹੋ ਰਿਹਾ, ਤੇ ਮੈਂ ਆਵਾਜ਼ ਉਠਾਉਣੀ। 1968 'ਚ ਮੈਂ ਇੱਥੇ ਸਾਡੇ ਲੋਕਾਂ ਨਾਲ ਜਿਹੜੇ ਬਾਉਂਡਰੀਆਂ 'ਚ ਗਲਤ ਹੁੰਦਾ ਸੀ ਨਹਾਉਣ ਲਈ, ਉਹਨਾਂ ਨੂੰ ਬਾਤ ਨਹੀਂ ਗੋਰਿਆਂ ਲਈ ਹੁੰਦੇ ਸੀ, ਉੱਥੇ ਮੈਂ ਯੂਨੀਅਨਾਂ ਬਣਾਈਆਂ ਕਰਕੇ ਉੱਥੇ ਲੜਾਈ ਲੜਦੇ ਰਹੇ ਹਾਂ ਹਮੇਸ਼ਾ ਹਰੇਕ ਥਾਂ ਤੇ। ਸੋਹੋ ਰੋਡ ਤੇ ਟ੍ਰੇਡਰ ਐਸੋਸੀਏਸ਼ਨ ਬਣਾਈ, ਸਟੂਡੈਂਟਸ ਆ, ਉਹਨਾਂ ਨੂੰ ਬੇਨਤੀ ਆ ਬਈ ਤੁਸੀਂ, ਬਹੁਤ ਸਾਰੇ ਸਟੂਡੈਂਟ ਤੋਂ ਸੁਣਿਆ ਕਿ ਵੀ ਜਿਹੜੇ ਇੱਥੇ ਵਾਲੇ ਪਹਿਲੇ ਸਾਡੀ ਮਦਦ ਨਹੀਂ ਕਰਦੇ, ਵੀ ਕੀ ਮਦਦ ਕਰਨ? ਗੁਰੂ ਘਰਾਂ ਤੋਂ ਪ੍ਰਸ਼ਾਦਾ ਛੱਕ ਸਕਦੇ, ਵੇਲੇ ਕੁ ਵੇਲੇ ਰਾਤ ਕਟਾ ਸਕਦੇ, ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਕੋਈ ਸੀਵੀਆਂ ਬਣਾਉਣ 'ਚ ਦਿੱਕਤ ਆ, ਉਹ ਗੁਰੂ ਘਰਾਂ ਦੇ ਪ੍ਰਬੰਧ ਕਰਾ ਸਕਦੇ। ਗੁਰੂ ਘਰਾਂ 'ਚ ਇੱਥੇ ਦੇ ਜੰਮੇ ਪਲੇ ਬੱਚੇ ਉਹ ਐਕਸਪਰਟ ਹੈਗੇ ਆ, ਉਹ ਸੀਵੀਆਂ ਬਣਾ ਦੇਣਗੇ ਤੁਹਾਡੀਆਂ। ਪਰ ਜੇ ਤੁਸੀਂ ਸੋਚੋ ਕਿ ਤੁਹਾਡੇ ਚੱਕੇ ਕਰਜ਼ੇ ਕੋਈ ਲਾਦਾ, ਉਹ ਨਹੀਂ, ਤੁਹਾਨੂੰ ਘਰਾਂ ਦੇ ਵਿੱਚ ਰੱਖ ਲੈ ਤੇ ਉਹ ਕੰਮ ਨਹੀਂ ਹੋਣਾ। ਅੱਛਾ, ਮੇਰਾ ਸਵਾਲ, ਮੈਂ ਸਟੂਡੈਂਟਾਂ ਦਾ ਵੀ ਜਿਹੜਾ ਸ਼ਿਕਵਾ ਹੈਗਾ, ਉਹ ਕਹਿੰਦੇ ਵੀ ਸਾਡੇ ਕੋਲ ਕਿਰਾਏ ਜ਼ਿਆਦਾ ਮੰਗੇ ਜਾ ਰਹੇ ਆ, ਹੁਣ ਆਮ ਜਿਹਨਾਂ ਕੋਲ ਘਰ ਹੈਗੇ ਜਿਹੜੇ ਰੱਖਦੇ ਆ, ਉਹ ਕਹਿੰਦੇ ਸਾਡੇ ਤੋਂ ਡਬਲ ਡਬਲ ਕਿਰਾਏ, ਫਿਰ ਕਹਿ ਦਿੱਤਾ ਜਾਂਦਾ 15-20 ਦਿਨ ਬਾਅਦ ਵੀ ਲਓ ਜੀ ਹੁਣ ਤਾਂ ਸਾਡੀ ਮੌਰਗੇਜ ਵੱਧ ਗਈ ਹੈ, 50 ਪਾਉਂਡ ਹੋਰ ਵਧਾ ਦਿੰਦੇ ਆ, ਤੁਹਾਡੇ ਬਿੱਲ ਹੋਰ ਵਧਾ ਦਿੰਦੇ ਆ, ਇਹ ਇਹ ਚੀਜ਼ ਆ, ਬੇਈਮਾਨੀ ਆ। ਹਾਂ, ਮੈਂ ਉੱਤੇ ਆਉਣ ਲੱਗੇ, ਬੇਈਮਾਨੀ ਆ। ਅੱਛਾ, ਜਿਹੜੇ ਇੱਦਾਂ ਵਾਧੂ ਲੈਂਦੇ ਆ, ਉਹਨਾਂ ਨੂੰ ਸੋਚਣਾ ਚਾਹੀਦਾ ਵੀ ਜੇ ਸਾਡਾ ਬੱਚਾ ਬੱਚੀ ਏਦਾਂ ਹੋਵੇ, ਵਾਧੂ ਲਵੇ ਤਾਂ ਅਸੀਂ ਕੀ ਕਹਾਂਗੇ। ਤੇ ਬੇਈਮਾਨੀ ਜਿਹੜੀ ਹੁੰਦੀ ਆ, ਤੇ ਰੱਬ ਤਾਂ ਦੇਖਦਾ ਨਾ,
हराम की कमाई खराबी करती है, पर दूसरे पासे जिहड़े स्टूडेंट्स भी है ना इन्हां दे विच जिहड़े तुसीं एक हिरख तरीके नाल करना गल वखरी आ, अड़ामेबाजी करनी वखरी आ। एक करी स्टूडेंट मैं अगे भी खड़े तुहाडे प्रोग्राम च कह चुका कने जी जी, स्टूडेंट्स मुंडे खड़े सी बिल किन्ने आमदन नहीं देखते, पर बिल तो मोरगेज तो आई जानी है। बच्चे ने कहा पुत्रो एक कम करो, कहते की जी आपके बापू ने जमीन बेच के गुरुद्वारे आले पहला कर्जे ला दे, इस हक च ना जावो, जिथो मदद मिलती लवो, जेडे वाधू चार्ज करते भैड़ी गल आ, तुसी रल के कमरे लै लो, कुड़ियां बखरियां जेड़ियां बच्चियां लै लो तुसी, पर जेडे एक होर थां तो आपां जेड़े पैसे बचा के किथे ला सकदे जी, आ जेड़े बड़बड़े ढिड्डां वाले ना बाबे आउंदे आ सार सिंह जी आह जेड़ी माया आ ਇਹ ਨਾਗਣੀ ਆ ਸਾਨੂੰ ਦੇ ਦਿਓ ਅਸੀਂ ਰੱਖ ਲਿਆ ਤੁਹਾਨੂੰ ਦੱਸ ਜਾਊ, ਉਹ ਰੱਬ ਦੇ ਵਾਸਤੇ ਹੋਏ ਬਾਬਿਆਂ ਨੂੰ ਸਾਧਾਂ ਨੂੰ ਪੰਜਾਬ ਚ ਵੀ ਦੇਣੇ ਬੰਦ ਕਰੋ, ਇੱਥੇ ਵੀ ਬੰਦ ਕਰੋ, ਆ ਲੋੜਵੰਦ ਬੱਚੀਆਂ ਤੇ ਬੱਚਿਆਂ ਤੇ ਪੈਸੇ ਲਾਵੋ, ਪਰ ਜਿਹੜੇ ਸਟੂਡੈਂਟਸ ਆ ਮੈਂ ਫੇਰ ਕਹਾਂਗਾ ਅਲਾਮੇਬਾਜੀ ਬੰਦ ਕਰਕੇ ਨਾ ਤਰੀਕੇ ਨਾਲ ਕਰੋ, ਇੱਕ ਦੂਜੇ ਦੀ ਤੁਸੀਂ ਵੀ ਮਦਦ ਕਰੋ, ਤੇ ਘਰਦਿਆਂ ਦੇ ਜਿਹੜੇ ਕਰਜ਼ੇ ਆ ਕੋਈ ਨੀ ਅੱਟ ਕੇ ਲੈ ਜਾਣਗੇ, ਬਿਲਕੁਲ ਬਿਲਕੁਲ, ਪਰ ਮਨ ਦੇ ਵਿੱਚ ਜਿਹੜੇ ਪਿੱਛੋਂ ਹੋਰ ਆ ਰਹੇ ਨਾ ਵੀ ਭੁੱਲ ਕੇ ਵੀ ਆਪਦੇ ਬੱਚਿਆਂ ਨੂੰ ਤੇ ਬੱਚੇ ਤੁਸੀਂ ਵੀ ਭੁੱਲ ਕੇ ਇਹ ਮਨ ਦੇ ਵਿੱਚ ਲੈ ਕੇ ਨਾ ਗੱਲ ਆਇਓ ਵੀ ਉੱਥੇ ਜਾਵਾਂਗੇ, ਥੋੜਾ ਚਿਰ ਸਾਲ ਦੋ ਸਾਲ ਉੱਥੇ ਹੋ ਲਾਂਗੇ ਤਾਂ ਫੇਰ ਅਸੀਂ ਪੱਕੇ ਹੋ ਜਾਵਾਂਗੇ। ਇਹ ਪੱਕੇ ਹੋਣ ਵਾਲਾ ਜਿਹੜਾ ਆਪਣਾ ਸੁਪਨਾ ਛੱਡ ਦਿਓ, ਤੇ ਸਰਕਾਰਾਂ ਨੇ ਇੱਥੇ ਦੀਆਂ ਨੇ ਨਾ ਮੈਂ ਬਥੇਰੇ ਏਜੰਟ ਤੁਹਾਨੂੰ ਕਹਿੰਦੇ ਉਹ ਕੁਝ ਸਾਲ ਬਾਅਦ ਜਦੋਂ ਇਲੈਕਸ਼ਨ ਆਈ ਪੱਕੇ ਕਰ ਦਿੰਦੇ, ਕਿਸੇ ਨੂੰ ਪੱਕੇ ਨਹੀਂ ਕਰਦੇ, ਇਹ ਪੱਕੇ ਹੋਣ ਵਾਲੇ ਸੁਪਨੇ ਕਰ ਦਿਓ ਤੇ ਤੁਸੀਂ ਹੁਣ ਕਰੀਏ ਕੀ, ਕਰੀਏ ਆਪਾਂ ਫਸੇ ਨਾ, ਬਿਲਕੁਲ ਬਿਲਕੁਲ ਬਿਲਕੁਲ, ਜੇ ਆਪਾਂ ਪਿੱਛੇ ਝਾਤ ਮਾਰੀਏ ਕਿਹੜਾ ਬੰਦਾ ਉੱਥੇ ਇਸ ਵੇਲੇ ਕਰਜ਼ਾ ਕਰਜ਼ੇ ਤੋਂ ਸਵਾਜ ਆ, ਕਰਜ਼ੇ ਚੜਾਉਣ ਦਾ ਕਈ ਕੁਛ ਆ, ਰੋਟੀ ਪਕਾਉਣ ਵਾਲੀ ਹੋਰ, ਝਾੜੂ ਫੇਰਨ ਵਾਲੀ ਹੋਰ, ਪੋਚਾ ਲਾਉਣ ਵਾਲੀ ਹੋਰ, ਕੱਪੜੇ ਧੋਣ ਵਾਲੇ ਹੋਰ, ਤੇ ਆਪ ਕਿਉਂ ਨੀ ਕਰਦੇ? ਅੱਗੇ ਬਜ਼ੁਰਗਾਂ ਬੀਬੀਆਂ ਸਾਰੇ ਕਰਦੇ ਸੀ ਨਾ, ਆਪਣਾ ਕੰਮ ਆਪ ਕਰਨਾ ਸਿੱਖੋ। ਦੂਸਰੀ ਗੱਲ ਇਹ ਹੈਗੀ ਆ, ਮੈਨੂੰ ਪਤਾ ਇਹ ਕਈਆਂ ਨੂੰ ਨਹੀਂ ਚੰਗੀ ਲੱਗਣੀ, ਜੇ ਤੁਸੀਂ ਝਾਤ ਮਾਰੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੀ, ਉਧਰ ਨੂੰ ਦੇਖੋ, ਜੇਕਰ ਤੁਸੀਂ ਦਿੱਲੀ ਦੇ ਜੋੜੇ ਚੋਂ ਨਿਕਲੋਗੇ ਤਾਂ ਤੁਹਾਡਾ ਪੰਜਾਬੀ ਉਹ ਸੂਤ ਆਉਣਾ ਉਸ ਹਲਕੇ ਦੇ ਲੋਕੋ, ਅਦਰਵਾਈਜ਼ ਤੁਸੀਂ ਰੁਲਦੇ ਰਹਿਣਾ, ਤੁਸੀਂ ਪਿੱਟਦੇ ਰਹਿਣਾ ਆ, ਤੇ ਆਹ ਕਰ ਤੁਸੀਂ ਆਹ ਦੂਜੇ ਪ੍ਰੋਗਰਾਮ ਕਰਦੇ ਰਹਿਣਾ ਆ, ਦੱਸਦੇ ਰਹਿਣਾ ਆ, ਪਰ ਇਹਦਾ ਹੱਲ ਕਿੱਥੇ? ਹੱਲ ਇਹ ਹੀ ਆ ਕਿ ਤੁਸੀਂ ਉਹ ਗੁਲਾਮੀ ਦੇ ਵਿੱਚੋਂ ਨਿਕਲੋ, ਅੱਗੇ ਤੁਹਾਡੀ ਮਰਜ਼ੀ ਆ। ਬਾਕੀ ਦਲਜੀਤ ਸਿੰਘ ਜੀ ਇੱਥੇ ਜੇ ਲੋਕ ਕੰਮ ਕਰਦੇ ਕਰਦੇ ਆ, ਪਰ ਜਿਹੜੇ ਲੋਕ ਦੁਕਾਨਾਂ ਵਾਲਿਆਂ ਨੂੰ ਕਹਾਂ ਰੱਬ ਤੋਂ ਡਰੋ, ਖੁਦਾ ਤੋਂ ਡਰੋ, ਜੇ ਸਭ ਬੰਦਾ ਇਨਸਾਨ ਆਪਣੀ ਕਮਾਈ ਦਾ ਹੱਕਦਾਰ ਆ, ਜਿਹੜੀ ਤੁਸੀਂ ਇੱਥੇ ਦੇ ਪੱਕੇ ਨੂੰ ਜਿਹੜੇ ਹਿਸਾਬ ਨਾਲ ਦਿੰਦੇ ਆ, ਤੇ ਸਟੂਡੈਂਟਾਂ ਨੂੰ ਬੱਚਿਆਂ ਨੂੰ ਵੀ ਉਹੀ ਤੁਸੀਂ ਦੇਵੋ, ਤੇ ਇੱਕ ਜਾਂਦਾ ਜਾਂਦਾ ਕਹਿ ਦੇਵਾਂ, ਜੇਕਰ ਕਿਸੇ ਸਟੂਡੈਂਟ ਦੇ ਕੋਈ ਦੁਕਾਨ ਵਾਲਾ, ਕੋਈ ਰੈਸਟੋਰੈਂਟ ਵਾਲਾ, ਕੱਲ ਕੋਈ ਵੀ ਇੰਪਲਾਈ ਕੇਟਰਿੰਗ ਵਾਲਾ, ਜਿੱਥੇ ਵੀ ਤੁਸੀਂ ਕੰਮ ਕਰਦੇ ਇੰਪਲਾਈ ਤੁਹਾਡੇ ਪੈਸੇ ਮਾਰਦਾ ਨਾ, ਤੇ ਜ਼ਰੂਰ ਮੈਨੂੰ ਕੰਟੈਕਟ ਕਰੋ, ਬਿਲਕੁਲ ਬਿਲਕੁਲ, ਫਿਰ ਜ਼ਰੂਰ ਉਹਨਾਂ ਨਾਲ ਗੱਲ ਕਰਾਂਗੇ ਵੀ ਤੁਸੀਂ ਕਹਿੰਦੇ ਜੇ ਤੁਹਾਡੇ ਬੱਚਿਆਂ ਨਾਲ ਮਾਰੇ ਤਾਂ ਤੁਹਾਨੂੰ ਕਿੱਦਾਂ ਲੱਗੂਗਾ? ਮੈਂ ਕਈਆਂ ਨੇ ਕਰਾਏ ਆ, ਕਿਹਨਾਂ ਬਾਰੇ? ਇੱਕ ਉਹਨਾਂ ਬਾਰੇ ਵੀ ਕਹਿ ਦਿਓ ਜਿਹੜੇ ਪੈਸੇ ਮਾਰਨ ਵਾਲੇ, ਹੁਣ ਦੋ ਚਾਰ ਏਜੰਟ ਜਿਹੜੇ ਸਾਹਮਣੇ ਆਏ ਸੀ ਜਿਨ੍ਹਾਂ ਨੇ ਪੈਸੇ ਮਾਰੇ ਆ, ਉਹ ਆਏ ਆਪ ਵੀ ਸਟੂਡੈਂਟ ਹੀ ਨੇ, ਤੇ ਉਹ ਕਹਿੰਦੇ ਵੀ ਲਓ ਜੀ ਅਸੀਂ ਸਾਰਾ ਕੰਮ ਤੁਹਾਡਾ ਕਰਵਾ ਦਿਆਂਗੇ, ਤੇ ਉਹ ਪੈਸੇ ਮਾਰ ਕੇ ਤੇ ਸਾਈਡ ਤੇ ਹੋ ਗਏ, ਫਿਰ ਉਹਨੂੰ ਡਰਾਵਾ ਦਿੱਤਾ, ਧਮਕੀਆਂ ਦਿੱਤੀਆਂ, ਇੰਡੀਆ ਤੱਕ ਧਮਕੀਆਂ ਦਿੱਤੀਆਂ, ਉਹ ਜਿਹੜਾ ਨੌਜਵਾਨ ਜਿਹਦਾ ਉਹ ਜਿਹੜੇ ਇਦਾਂ ਦੇ ਹੈਗੇ ਆ, ਲਿਆਓ ਤਾਂ ਸਾਹਮਣੇ ਉਹਨਾਂ ਨੂੰ, ਉਹਨਾਂ ਨੂੰ ਦੱਸਾਂਗੇ ਵੀ ਧਮਕੀ ਜਿਹੜੇ ਦਿੰਨੇ ਨਾ, ਐਸੀ ਕੋਈ ਗੱਲ ਨਹੀਂ, ਸਚਾਈ ਪੰਜਾਬ ਚ ਵੀ ਹੈਗੀ ਆ, ਮਰੀ ਨਹੀਂ, ਔਰ ਸੱਚ ਹੈਗਾ ਉੱਥੇ ਦੀ ਪੁਲਿਸ ਚ ਵੀ, ਸੱਚ ਹੈਗਾ ਉੱਥੇ ਦੇ ਬਿਲਡੇ ਬਿਲਡੇ ਪੋਲੀਟੀਸ਼ੀਅਨ, ਮੈਂ ਨਾਮਾਂ ਚ ਨਾ ਜਾਵਾਂ, ਕੋਈ ਕੋਈ ਪੱਖ ਕਰਦੇ, ਬੜੇ ਤਕੜੇ ਪੋਲੀਟੀਸ਼ੀਅਨ ਸੱਚ ਚ ਵੀ ਹੈਗੇ ਆ। ਆਪਾਂ ਇਹ ਰਲ ਕੇ ਆਪਣੇ ਪੰਜਾਬੀ ਆਪਣੇ ਬੱਚੇ ਸਾਂਭੀਏ, ਜਿੱਥੇ ਕੋਈ ਕੁਛ ਕਰ ਸਕਦਾ ਜ਼ਰੂਰ ਕਰੀਏ, ਪਰ ਇੱਕ ਗੱਲ ਜ਼ਰੂਰ ਆ ਵੀ ਨਾ, ਜਿਹੜੇ ਪੈਸਿਆਂ ਦੇ ਇਹ ਲੈ ਕੇ ਧਮਕੀਆਂ ਦਿੰਦੇ, ਪੈਸੇ ਮਾਰਦੇ, ਇੱਥੇ ਦੇ ਬਜ਼ੁਰਗਾਂ ਦੇ ਪੈਸੇ ਮਾਰੇ, ਜਿਹੜੇ ਬਜ਼ੁਰਗ ਆ ਨਾ ਦੇਖੇ ਆਉਂਦੇ ਜਾਂਦੇ ਤਾਂ ਪਹਿਲਾਂ ਬੜੇ ਪਿਆਰ ਨਾਲ ਬੇਬੇ ਜੀ ਕਰਕੇ ਗੋਡੀ ਹੱਥ ਨਾਲ ਜੱਫੀ ਪਾਉਣੀ, ਉਹ ਬੇਬੇ ਨੇ ਜੇ ਕਦੇ ਕਾਗਜ਼ ਬੈਂਕ ਦੇ ਭਰਾਉਣ ਦੇ ਕਿਸੇ ਕਰਦੇ ਕਰਕੇ ਸਾਨੂੰ ਕਹਿੰਦੇ ਬੁੜਿਆਂ ਦੀਆਂ ਆਪਣੇ ਨੇ ਸਿਰ ਤੇ ਪੱਗਾਂ ਬੰਨੀਆਂ ਵਾਲਿਆਂ ਨੇ ਆਪਣੇ ਉਹਨਾਂ ਦੇ ਬਜ਼ੁਰਗਾਂ ਦੀਆਂ ਬੈਂਕਾਂ ਚੋਂ ਪੈਸੇ ਕਢਾ ਲੈ,
ਤੁਸੀਂ ਕਿ ਮੈਂ ਤਾਂ ਕਈ ਦਫਾ ਕਹਿ ਚੁੱਕਾ ਸੀ ਉਹ ਬਜ਼ੁਰਗੋ ਉਹ ਭੈਣੋ ਭਰਾਵੋ ਤੁਸੀਂ ਆ ਜਿਹੜੇ ਬੱਚੇ ਆਏ ਆ ਇਹਨਾਂ ਨੂੰ ਘਰਾਂ 'ਚ ਰੱਖ ਲਓ ਇਹਨਾਂ ਨੂੰ ਆਪਦੇ ਬੱਚਿਆਂ ਵਾਂਗੂ ਰੱਖ ਲਓ ਤੁਹਾਡੀ ਸੇਵਾ ਕਰਨਗੇ ਤੁਹਾਡੇ ਰੋਟੀ ਪਾਣੀ ਪਕਾ ਦੇਣਗੇ ਇਹਨਾਂ ਨੂੰ ਰਹਿਣ ਨੂੰ ਥਾਂ ਮਿਲ ਜਾਊਗਾ ਪਰ ਹੁਣ ਨਹੀਂ ਕਿ ਜਦੋਂ ਇੱਦਾਂ ਬੇਈਮਾਨੀ ਹੋਈ ਆ ਹੁਣ ਕਹਿਣ ਨੂੰ ਦਿਲ ਨਹੀਂ ਕਰਦਾ ਜਿੱਦਾਂ ਕਹਿੰਦੇ ਹੁੰਦੇ ਇੱਕ ਮੱਝ ਜੇ ਲਿਬੜੀ ਹੋਵੇ ਤਾਂ ਦੂਜਿਆਂ ਨੂੰ ਛਿੱਟੇ ਮਾਰ ਕੇ ਲਵੇੜ ਦਿੰਦੀ ਅਸੀਂ ਆਪਣੀ ਫਿਤਰਤ ਆਪਣੀ ਗਵਾ ਲਈ ਜਿੱਥੇ ਸਾਡਾ ਹੁੰਦਾ ਸੀ ਐਤਵਾਰ ਕਰਕੇ ਹੁਣ ਬੇਤਵਾਰੀ ਪਾਤੀ ਇੱਦਾਂ ਦੀਆਂ ਆਹ ਜਿਹੜੀਆਂ ਗਿੱਧਾਂ ਨਾ ਇਹਨਾਂ ਨੇ ਕਰ ਦਿੱਤੀ ਆ ਪਰ ਤਖੜੇ ਹੋ ਜਾਓ ਜਿਹੜੇ ਬਾਹਰ ਬੰਦੇ ਬੇਈਮਾਨੀ ਕਰਦੇ ਫੜ ਕੇ ਆ ਨਾ ਉਹਨਾਂ ਦੀ ਸੇਵਾ ਸੁਵਾ ਜ਼ਰੂਰ ਕਰਿਆ ਬਹੁਤ ਧੰਨਵਾਦ ਕਰਦਾ ਜੀ ਤੁਹਾਡਾ ਤੁਸੀਂ ਬੜੇ ਕੀਮਤੀ ਵਿਚਾਰ ਦਿੱਤੇ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਰਸ਼ਕੋ ਅੱਜ ਦਾ ਇਹ ਸਾਡਾ ਖਾਸ ਪ੍ਰੋਗਰਾਮ ਜਿਹੜਾ ਹੈ ਸਟੂਡੈਂਟ ਲਾਈਫ ਜਿਹੜੇ ਨਵੇਂ ਆਉਂਦੇ ਨੇ ਉਹ ਕਿਵੇਂ ਉਹਨਾਂ ਦਾ ਸ਼ੋਸ਼ਣ ਹੁੰਦਾ ਹੈ ਗਲਤੀਆਂ ਕਹਿੰਦੇ ਨੇ ਵੀ ਦੋਨੋਂ ਪਾਸੇ ਹੁੰਦੀਆਂ ਸੋ ਸਟੂਡੈਂਟਸ ਦੀਆਂ ਵੀ ਕੁਝ ਗਲਤੀਆਂ ਨੇ ਬਾਕੀ ਜਿਹੜੀਆਂ ਹੋਰ ਇੱਥੇ ਵੀ ਜੋ ਲੁੱਟ ਖਸੁੱਟ ਹੁੰਦੀ ਹੈ ਉਹ ਸਾਰੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕੀਤੀ ਹੈ ਸੋ ਆਸ ਕਰਦਾ ਹਾਂ ਤੁਸੀਂ ਇਹ ਤੋਂ ਕੁਝ ਸਿੱਖੇ ਹੋਵੋਗੇ ਤੇ ਆਉਂਦੇ ਸਮੇਂ ਦੇ ਵਿੱਚ ਉਹ ਕੰਮ ਨਹੀਂ ਕਰੋਗੇ ਜੋ ਪਿਛਲੇ ਸਮੇਂ ਦੇ ਵਿੱਚ ਕੀਤੇ ਆ ਨਵੇਂ ਆਉਣ ਵਾਲੇ ਸਟੂਡੈਂਟ ਵੀ ਵਧੀਆ ਤਰੀਕੇ ਦੇ ਨਾਲ ਆਉਣਗੇ ਜੋ ਕਰਨ ਆਏ ਹੋ ਭਾਈ ਉਹ ਹੀ ਕਰਨਾ ਚਾਹੀਦਾ ਫਿਰ ਬਾਅਦ 'ਚ ਤੁਸੀਂ ਔਖੇ ਨਹੀਂ ਹੋ ਸਕਦੇ ਸੋ ਬਹੁਤ ਧੰਨਵਾਦ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ